ਅੱਜ ਕੱਲ੍ਹਾਂ ਲੋਕਾਂ ਨੇ ਇਹਨੂੰ ਬਿਜ਼ਨਸ ਬਣਾ ਲਿਆ ਇਹ ਇੱਕ ਬਿਜ਼ਨਸ ਨੇ ਇੱਕ ਆਰਟਵਰਕ ਹੈ ਜਿਹਨੂੰ ਇੱਕ ਤੁਸੀਂ ਬਿਜ਼ਨਸ ਲੋਕੀ ਦੇਖਦੇ ਪੈਸਾ ਇਸ ਫੀਲਡ ਵਿੱਚ ਪੈਸਾ નો ਡਾਊਟ ਪੈਸਾ ਹੈ ਜੇ ਤੁਸੀਂ ਇੱਕ ਅੱਛੇ ਆਰਟਿਸਟ ਹੋ ਤੇ ਤੁਹਾਡੇ ਸਪੈਸਾ ਮੈਟਰ ਨਹੀਂ ਕਰਦਾ ਇਸ ਫੀਲਡ ਵਿੱਚ ਤੁਹਾਨੂੰ ਆਪਣਾ ਵਰਕ ਦੇਣਾ ਹੈ ਤੁਸੀਂ ਬੈਸਟ ਦਿਖਾਣਾ ਹੈ ਸੋ ਪੈਸਾ ਬਿਲਕੁਲ ਨਹੀਂ ਮੈਟਰ ਕਰੇਗਾ ਤੇ ਲੋਕ ਕੀ ਕਰਦੇ ਨੇ YouTube ਤੇ ਜਸਟ ਵੀਡੀਓਜ਼ ਨਾਲ ਕੋਈ ਰੈਂਡਮ ਆਰਟਿਸਟ ਅਪਲੋਡ ਕਰ ਦਿੰਦੇ ਨੇ ਉਹ ਜਸਟ ਬੇਸਿਕ ਨੋਲੇਜ ਦੇ ਦਿੰਦੇ ਨੇ ਉਹਨਾਂ ਉਹੀ ਨੋਲੇਜ ਤੋਂ ਲੋਕੀ ਦੇਖ-ਦੇਖ ਕੇ ਟੈਡੂ ਕਰਦੇ ਨੇ ਵਿਦਆਉਟ ਐਨ ਨੋਲੇਜ ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕਿ ਇਹ ਕਿਵੇਂ ਕਰਨਾ ਹੈ ਸਟੂਡੀਓਜ਼ ਓਪਨ ਅੱਛਾ ਹਾਈ ਪ੍ਰੋਫਾਈਲ ਸਟੂਡੀਓਜ਼ ਓਪਨ ਕਰਕੇ ਬੈਠੇ ਨੇ ਉਨ ਮੈਂ ਤਾਂ ਲੋਕਾਂ ਨੂੰ ਇਹ ਗਾਈਡ ਕਰੂੰਗਾ ਜਦੋਂ ਤੁਸੀਂ ਜਾਣੇ ਹੋ ਹਨਾ ਟੈਡੂ ਕਰਵਾਉਣ ਜਾ ਰਹੇ ਹੋ ਫਸਟ ਆਫ 올 ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਬਣਵਾਣਾ ਹੈ ਠੀਕ ਹੈ ਤੁਹਾਨੂੰ ਟੋਟੋਰੇ ਡਿਜ਼ਾਈਨ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਪਿੱਛੇ ਇੱਕ ਸਟੋਰੀ ਹੋਣੀ ਚਾਹੀਦੀ ਹੈ ਤੁਸੀਂ ਲਾਈਫਟਾਈਮ ਅਸ ਚੀਜ਼ ਆਪਣੇ ਬਾਡੀ ਤੇ ਲੈ ਰਹੇ ਹੋ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕਰਵਾ ਕੇ ਦਿਓ ਸਬ ਤੋਂ ਇੰਪੋਰਟੈਂਟ ਅੱਜ ਕੱਲ ਸੋਸ਼ਲ ਮੀਡੀਆ ਨਫ ਚੱਲਦਾ ਹੈ ਲੋਕਾਂ ਦੀ ਨੋਲੇਜ ਤਾਂ ਹੁੰਦੀ ਹੈ ਇੱਕ ਪ੍ਰੋਫਾਈਲ ਓਪਨ ਕਰਨ ਆਰਟਿਸਟ ਦੀ ਠੀਕ ਹੈ ਚੈੱਕ ਕਰਨ ਉਹਦਾ ਵਰਕ ਕੀ ਹੈ ਕਲੇ ਟੈਟੂ ਜੀ ਨੇ ਉਹਨਾ ਹੀਲਿੰਗ ਰਿਜ਼ਲਟ ਦਾ ਟੈਟੂ ਠੀਕ ਹੋਣ ਤੋਂ ਬਾਅਦ ਰਿਜ਼ਲਟ ਕਿਦਾਂ ਦੇ ਆਉਂਦੇ ਨੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਉਹ ਹੈ ਤੁਹਾਨੂੰ ਉਹ ਚੀਜ਼ ਨੌਲੇਜ ਹੋਣੀ ਚਾਹੀਦੀ ਹੈ ਤੇ ਆਰਟਿਸਟ ਕਿਹੜਾ ਮਟੀਰੀਅਲ ਯੂਜ਼ ਕਰ ਰਿਹਾ ਉਹਨੂੰ ਕੋ ਨੌਲੇਜ ਲੋ ਤੁਹਾਡਾ ਰਾਈਟਰ ਆਪਣੇ ਕਲਾਇੰਟਾਂ ਆਰਟਿਸਟ ਨੂੰ ਨੌਟਰੀ ਲੈਂਦੀ ਕਿਉਂਕਿ ਉਹਨੇ ਬਾਡੀ ਦੇ ਜਾਣਾ ਹੈ ਅਗਲਾ ਪੇ ਕਰ ਰਿਹਾ ਹੈ ਤੇ ਉਹਨੂੰ ਪਤਾ ਹੋਣਾ ਚਾਹੀਦਾ ਫਾਰਮੂਲੈਂਟ ਐਟ ਬਿਲਕੁਲ ਸਰ ਬਿਲਕੁਲ ਸੋ ਮੈਂ ਤਾਂ ਇਹ ਕਹੂੰਗਾ ਕਿ ਆਪਣੇ ਪ੍ਰੋਪਰ ਨੋਲੇਜ ਗਾਈਡ ਲੈ ਕੇ ਫਿਰ ਆਪਣਾ ਟੈਡੂਸ ਕਰਵਾਣ ਕਰੀ ਵੀ ਲੋਕੀ ਇੰਜੀਨੀਅਰ ਰਹਿ ਕੇ ਪਹਿਨੇ ਤਾਂ 20000 ਕ ਮਾਰੇ ਨੇ 4 ਸਾਲ ਦੀ ਡਿਗਰੀ ਕਰਦੇ 3 ਸਾਲ ਦੀ ਡਿਗਰੀ ਕਰਦੇ ਨੇ ਤੇ ਇੱਥੇ ਉਹੀ ਕੋਰਸ ਅਸੀਂ 6 ਮਹੀਨੇ ਚ ਕਰਾ ਕੇ ਬੱਚਾ ਨੀਅਰ ਅਬਾਊਟ ਮਹੀਨੇ ਚ 50000 ਰੁਪਏ इजीली ਔਨ ਕਰ ਲੈਂਦਾ ਸਭ ਤੋਂ ਵੱਡਾ ਮਿਥ ਪਤਾ ਕੀ ਹੈ ਲੋਕਾਂ ਦੇ ਵਿੱਚ ਨੀਡਲਸ ਪ੍ਰਾਨੀ ਯੂਜ਼ ਕਰਦੇ ਨੇ ਨੀਡਲਸ ਤਾਂ ਮੈਂ ਇੱਕ ਦੱਸ ਦਿੰਨਾ ਗਾਈਡ ਕਰ ਦੇਣਾ ਨੀਡਲਸ ਸਾਡੀ ਨੀਕ ਜ਼ਿਆਦਾ ਕਾਸਟਲੀ ਨਹੀਂ ਹੈਗੀ ਕਿ ਅਸੀਂ ਪ੍ਰਾਨੀ ਯੂਜ਼ ਕਰੀਏ ਅਜਿਸੇ ਜਿਨ੍ਹਾਂ ਨੇ ਟੈਟੂ ਨਹੀਂ ਕਰਵਾਏ ਹੁੰਦੇ ਨਾ ਉਹਨਾਂ ਦੇ ਵਿੱਚ ਮਿਥ ਬਣੀ ਹੋਈ ਹੈ ਯਾਰ ਪ੍ਰਾਨਿਆਂ ਦਾ ਸਮਾਨ ਯੂਜ਼ ਹੁੰਦਾ ਹੈ ਹੈ ਇਨਫੈਕਸ਼ਨ ਹੋਏਗੀ ਕੁਛ ਵੀ ਨਹੀਂ ਹੁੰਦਾ ਨੀਡਲ ਦੀ ਕਾਸਟ ਬਹੁਤ ਜ਼ਿਆਦਾ ਘੱਟ ਹੁੰਦੀ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਹੁੰਦੀ ਸਭ ਹਾਂ ਹਰ ਵੇਲੇ ਚੇਂਜ ਕੀਤਾ ਜਾਏਗੀ ਮੇਰੇ ਜੀਜਾ ਜੀ ਵੀ ਆਰਟਿਸਟ ਨੇ ਤੇ ਉਹਨਾਂ ਤੋਂ ਸ਼ੁਰੂਆਤ ਕੀਤੀ ਸੀ ਮੈਂ ਟੈਟੂ ਲਾਈਨ ਚ ਹਾਂ ਤੇ ਉਹਨਾਂ ਨੇ ਮੇਰਾ ਸਕੈਚਵਰਕ ਦੇਖਿਆ ਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਐਜ਼ ਅ ਅਸਿਸਟੈਂਟ ਕਹਿੰਦੇ ਮੈਨੂੰ ਹੈਲਪ ਕਰ ਦਿਆ ਕਰੀ ਸੋ ਉਹੀ ਚੱਲਦੇ ਚੱਲਦੇ ਅੱਜ ਮੁਕਾਮ ਤੇ ਬੈਠੇ ਆ ਤੇ ਇੱਕ ਪ੍ਰੋਫੈਸ਼ਨਲ ਆਰਟਿਸਟ ਵਾਂਗੂ ਕੰਮ ਵਰਕ ਕਰ ਰਹਿਆ ਸੀਗਾ ਰਹਿਮਤ ਟੀਵੀ ਦੇਖ ਰਹੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਦੋਸਤੋ ਅੱਜ ਇੱਕ ਵੱਖਰੀ ਜੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਹਦਾ ਅੱਜ ਕੱਲ ਜੇ ਮੈਂ ਕਹਾਂ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਯੂਥ ਦੇ ਵਿੱਚ ਟ੍ਰੈਂਡ ਬਣਿਆ ਹੋਇਆ ਵਾ ਅੱਜ ਕੱਲ ਅਸੀਂ ਦੇਖਿਆ ਕਿ ਹਰ ਕਿਸੇ ਦੀ ਬਾਹ ਤੇ ਜਾਂ ਬੋਡੀ ਦੇ ਕਿਸੇ ਵੀ ਅਸੀਂ ਪਾਰਟ ਦੀ ਗੱਲ ਕਰ ਲਈਏ ਤੇ ਉਹਦੇ ਉੱਤੇ ਇੱਕ ਟੈਟੂ ਬਣੇ ਹੁੰਦੇ ਨੇ ਪਿੱਛੇ ਜੀ ਸਿੱਧੂ ਮੂਸੇ ਵਾਲੇ ਦੇ ਟੈਟੂ ਬਹੁਤ ਚੱਲੇ ਅਗਰ ਉਸ ਤੋਂ ਪਹਿਲਾਂ ਦੀ ਅਸੀਂ ਗੱਲ ਕਰੀਏ ਤਾਂ ਇਹ ਕਾਫੀ ਪੁਰਾਣਾ ਜਿਹੜਾ ਰਿਵਾਜ ਆ ਚੱਲਦਾ ਆ ਰਿਹਾ ਵਾ ਜਿਵੇਂ ਪੁਰਾਣੇ ਸਮੇਂ ਦੀ ਵੀ ਗੱਲ ਕਰਾਂ ਨਾ ਪੁਰਾਣੇ ਸਮੇਂ ਦੇ ਵਿੱਚ ਵੀ ਟੈਟੂ ਬਣਦੇ ਸੀ ਉਹ ਕਿਵੇਂ ਬਣਦੇ ਸੀ ਉਹ ਨੁਕੀਲੀ ਜਿਹਾ ਉਹਨਾਂ ਦੇ ਕੋਲੇ ਕੋਈ ਚੀਜ਼ ਹੁੰਦੀ ਸੀ ਇਹਨਾਂ ਦਾ ਮੈਨੂੰ ਵੀ ਨਹੀਂ ਪਤਾ ਹੈਗਾ ਉਹਦਾ ਪਰ ਜਿਹੜੇ ਅੱਜ ਵੀਰ ਨਾਲ ਤੁਹਾਨੂੰ ਮਿਲਾਉਂਗਾ ਸਾਰੀ ਡਿਟੇਲ ਪੁਰਾਣੇ ਸਮੇਂ ਦੀ ਵੀ ਦਊਂਗਾ ਉਹੀ ਪੁਰਾਣੇ ਸਮੇਂ ਦਾ ਟ੍ਰੈਂਡ ਅੱਜ ਦੇ ਸਮੇਂ ਦੇ ਵਿੱਚ ਉਹ ਮੇਰਾ ਵੀਰ ਵਰਤ ਰਿਆ ਵਾ ਇਹ ਨਹੀਂ ਕਿ ਮਸ਼ੀਨਾਂ ਦੇ ਨਾਲ ਨਹੀਂ ਵੀਰ ਟੈਟੂ ਬਣਾਉਂਦਾ ਮਸ਼ੀਨਾਂ ਦੇ ਨਾਲ ਵੀ ਵੀਰ ਟੈਟੂ ਬਣਾਉਂਦੇ ਨੇ ਨਾਲ ਦੇ ਨਾਲ ਜਿਵੇਂ ਕਮਾ ਹੱਥ ਦੇ ਨਾਲ ਵੀ ਟੈਟੂ ਬਣਾਉਂਦੇ ਨੇ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਚੱਲਦੇ ਕਿਉਂਕਿ ਪੁਰਾਣੇ ਸਮਿਆਂ 'ਚ ਮਸ਼ੀਨਾਂ ਨਹੀਂ ਚੱਲਦੀਆਂ ਸੀ ਸਭ ਤੋਂ ਪਹਿਲਾਂ ਵੀਰ ਦਾ ਸਵਾਗਤ ਕਰਦਾ ਮੈਂ ਲੁਧਿਆਣਾ ਦੇ ਕਿਪਸ ਮਾਰਕੀਟ ਦੇ ਵਿੱਚ ਮੌਜੂਦ ਹਾਂ ਗੱਲਬਾਤ ਕਰਾਂਗੇ ਵੀਰ ਦੇ ਨਾਲ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਰਹਿਮਤ ਟੀਵੀ ਤੇ ਤੁਹਾਡੇ ਬਹੁਤ-ਬਹੁਤ ਸਵਾਗਤ ਸਰ ਪਹਿਲਾਂ ਨਾਮ ਦੱਸੋ ਕੀ ਹੈ ਮੇਰਾ ਨਾਮ ਸਰ ਚੇਤਨ ਸੂਰ ਹੈ ਅੱਛਾ ਪਹਿਲਾ ਸਵਾਲ ਮੇਰਾ ਇਹੀ ਆ ਇਸ ਲਾਈਨ ਵੱਲ ਕਿਵੇਂ ਰੁਝਾਨ ਹੋਇਆ ਕੀ ਪਹਿਲਾਂ ਹੀ ਸੋਚੀ ਰੱਖੀ ਸੀ ਚੀਜ਼ੇ ਵੀ ਪੜ੍ਹਾਈ ਦੇ ਨਾਲ ਨਾਲ ਜਦੋਂ ਆਪਾਂ ਸਕੂਲ ਟਾਈਮ ਦੇ ਵਿੱਚ ਹੁੰਨੇ ਆ ਹਨਾ ਉਦੋਂ ਅਸੀਂ ਸੋਚਦੇ ਵੀ ਅਸੀਂ ਆ ਕਰਨਾ ਉਹ ਕਰਨਾ ਉਦੋਂ ਹੀ ਸੋਚਿਆ ਸੀ ਬਾਅਦ ਚ ਜਿਵੇਂ ਜਿਵੇਂ ਸਟਰਗਲ ਚੱਲਦੀ ਰਹੀ ਜ਼ਿੰਦਗੀ ਬਦਲਦੀ ਰਹੀ ਉਵੇਂ ਮੋੜ ਆਉਂਦੇ ਰਹੇ ਐਕਚੁਅਲੀ ਸੋਚਿਆ ਤਾਂ ਕਰੀ ਨਹੀਂ ਸੀਗਾ ਇਸ ਲਾਈਨ ਵੱਲ ਕਰੀ ਆਵਾਂਗੇ ਬਟ ਹਾਂ ਡਰਾਇੰਗ ਦਾ ਬਹੁਤ ਸ਼ੌਂਕ ਹੁੰਦਾ ਸੀ ਸਾਨੂੰ ਤੇ ਕਲਾਸ ਵੇਟੇ ਅਸੀਂ ਡਰਾਇੰਗ ਸਕੈਚਿੰਗ ਕਰਦੇ ਰਹਿਣਾ ਸੋ ਬਸ ਉਹੀ ਦੇਖ ਦੇ ਕੇ ਅਸੀਂ ਥੋੜਾ ਕਰਦੇ ਗਏ ਕਰਦੇ ਗਏ ਲਾਈਕ ਉਸ ਟਾਈਮ ਟੈਟੂਜ਼ ਹਨ ਕ੍ਰੇਜ਼ ਨਹੀਂ ਹੁੰਦਾ ਸੀਗਾ ਬਹੁਤ ਰੇਅਰ ਮਿਲਦੇ ਸੀ ਟੈਟੂਜ਼ ਦੇਖਣ ਨੂੰ ਨਾ ਉਸ ਟਾਈਮ ਹੋਆ ਹੁੰਦਾ ਸੀ ਉਹ ਟੈਟੂਜ਼ ਟੈਟੂ ਕਰਵਾਉਣਾ ਸ਼ੇਅਰ ਦਾ ਟੈਟੂ ਚੱਲਦਾ ਸੀ ਬਹੁਤ ਜ਼ਿਆਦਾ ਬਸ ਇਹ ਇੱਕ ਸੀ ਜਿਹੜਾ ਚੱਲਦੀਆਂ ਸੀਗੀਆਂ ਡਾਲਿਆਂ ਦੇ ਸ਼ੇਅਰ ਬਿਲਕੁਲ 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 ਸਹੀ ਤੇ ਉਹੀ ਆਪਾਂ ਸਟੈਪ ਬਾਏ ਸਟੈਪ ਚੱਲਦੇ ਰਹੇ ਠੀਕ ਹੈ ਬਹੁਤ ਸਟਰਗਲ ਕੀਤਾ ਬਹੁਤ ਚੀਜ਼ਾਂ ਜੌਬਸ ਕੀਤੀਆਂ ਫਿਰ ਫਾਈਨਲੀ ਇੱਕ ਪਲੇਟਫਾਰਮ ਮਿਲ ਗਿਆ ਲਾਈਕ ਟੈਟੂ ਤੇ ਫੇਰ ਹੁਣ ਸਾਹਮਣੇ ਬੈਠੇ ਆ ਅੱਛਾ ਸ਼ੁਰੂਆਤ ਜੇ ਮੈਂ ਪੁੱਛਾਂ ਤੁਹਾਨੂੰ ਸ਼ੁਰੂਆਤ ਕਦੋਂ ਹੋਈ ਸੀ ਇਸ ਲਾਈਨ ਦੇ ਤੁਹਾਡੀ ਇਹ ਤਕਰੀਬਨ 2012 ਦੀ ਗੱਲ ਹੈ ਜੋ ਮੈਂ ਇਸ ਲਾਈਨ ਚ ਆ ਗਿਆ ਸੀਗਾ ਮੇਰੇ ਜੀਜਾ ਜੀ ਵੀ ਆਰਟਿਸਟ ਨੇ ਤੇ ਉਹਨਾਂ ਤੋਂ ਸ਼ੁਰੂਆਤ ਕੀਤੀ ਇਸ ਮੈਂ ਟੈਟੂ ਲਾਈਨ ਚ ਹਾਂ ਤੇ ਉਹਨਾਂ ਨੇ ਮੈਂ ਸਕੈਚਵਰਕ ਦੇਖਿਆ ਤੇ ਉਹਨਾਂ ਨੇ ਮੈਨੂੰ ਆਪਣੇ ਕੋਲ ਬੁਲਾਇਆ ਐਜ਼ ਅ ਅਸਿਸਟੈਂਟ ਕਹਿੰਦੇ ਮੈਨੂੰ ਹੈਲਪ ਕਰਦੇ ਅਗਰੀ ਸੋ ਉਹੀ ਚੱਲਦੇ ਚੱਲਦੇ ਅੱਜ ਮੁਕਾਮ 'ਚ ਬੈਠੇ ਆਂ ਤੇ ਇੱਕ ਪ੍ਰੋਫੈਸ਼ਨਲ ਆਰਟਿਸਟ ਵਾਂਗੂ ਕੰਮ ਵਰਕ ਕਰ ਰਹੇ ਆ ਸੀ ਪਹਿਲਾ ਟੈਟੂ ਕਿਹੜਾ ਸੀ ਜ਼ਿੰਦਗੀ ਦਾ ਜਿਹੜਾ ਤੁਸੀਂ ਆਪ ਬਣਾਇਆ ਸੀ ਆਪਣੇ ਹੱਥੀ ਕੀਤਾ ਸੀ ਮੇਰਾ ਇੱਕ ਫਰੈਂਡ ਸੀ ਤੇ ਮੈਂ ਜਸਟ ਮਸ਼ੀਨ ਚਲਾਨੀ ਸਿੱਖਿਆ ਸੀਗਾ ਉਸ ਟਾਈਮ ਮੈਨੂੰ ਨੋਲੇਜ ਵੀ ਨਹੀਂ ਮਿਲਦੀ ਸੀ ਗਾਈਡੈਂਸ ਹੈਗੀ ਨਹੀਂ ਨੀ ਬਸ ਬੇਸਿਕ ਆ ਮੈਂ ਟੈਟੂ ਚੱਲਦੇ ਦੇਖ ਲਓ ਇਨਿੰਗ ਸਟੱਡੀ ਹੁੰਦੀ ਸੀਗੀ ਤੇ ਮੈਂ ਆਪਣੇ ਫਰੈਂਡ ਨੂੰ ਕਿਹਾ bro ਮੈਨੂੰ ਲਾਈਕ ਟੈਟੂ ਹੁਣ ਸਿੱਖੇ ਨੇ ਮੈਂ ਥੋੜੇ ਬਹੁਤ ਤੇ ਮੈਂ ਟੈਟੂ ਕਰਨਾ ਚਾਹੁੰਦਾ ਆ ਜਾ ਤੇਰੇ ਤੇ ਆ ਜਾ ਤੇਰੇ ਆ ਜਾ ਤੇਰੇ ਘਰੀਏ ਉਹਦਾ ਨਾਮ ਅਰਨਵ ਸੀ ਤੇ ਉਹਨੇ ਫਸਟ ਟੈਟੂ ਕੀਤਾ ਸੀ ਲਾਈਕ ਬਹੁਤ ਖੁਸ਼ ਹੋਇਆ ਸੀ ਮਤਲਬ ਕੁਝ ਨਵਾਂ ਐਕਸਪੀਰੀਅੰਸ ਕਰਨ ਨੂੰ ਮਿਲਿਆ ਉਹ ਛੋਟੇ ਨਾਲ ਮੈਂ 3 ਘੰਟੇ ਲਾਇਏ ਸੀ ਗੇ ਸੀਰੀਅਸਲੀ ਕੀ ਚੀਜ਼ ਬਣਾਈ ਸੀ ਨਾਮ ਲਿਖਿਆ ਸੀ ਜਸ ਨੇਮ ਅੱਛਾ ਨਾਮ ਲਿਖਿਆ ਹਾਂ ਉਹਨੇ ਮੈਂ 3 ਘੰਟੇ ਲਗਾਏ ਸੀਗੇ ਤੇ ਬਟ ਹੁਣ ਅੱਜ ਦੇ ਵਿੱਚ ਉਹੀ ਟੈਟੂ ਮੈਂ ਵਿਦਨ ਹਾਫ ਅਨ ਆਰਸ ਕੰਪਲੀਟ ਕਰ ਦਨਾਂ ਉਹ 10 ਘੰਟੇ ਹੁਣ ਹਾਫ ਅਨਸ ਕਨਵਰਟ ਹੋ ਚੁੱਕੇ ਨੇ ਐਕਸਪੀਰੀਅੰਸ ਹਨ ਥੈਟਸ ਇਟ ਅ ਸਟਰਗਲ ਦੀ ਜੇ ਮੈਂ ਗੱਲ ਕਰਾਂ ਜ਼ਿੰਦਗੀ ਦੇ ਕਿਉਂਕਿ ਜਦੋਂ ਅਸੀਂ ਸਕਸੈਸ ਹੁੰਨੇ ਆ ਨਾ ਉਹਦੇ ਪਿੱਛੇ ਨਾ ਸਟਰਗਲ ਬੜੀ ਵੱਡੀ ਚੀਜ਼ ਮੰਨੀ ਜਾਂਦੀ ਆ ਜਦ ਤੱਕ ਅਸੀਂ ਉਹ ਰਾਹ ਤੇ ਨਹੀਂ ਤੁਰਦੇ ਉਦੋਂ ਤੱਕ ਸਾਡੀ ਜ਼ਿੰਦਗੀ ਵੀ ਨਹੀਂ ਮੰਨੀ ਜਾਂਦੀ ਹੈਨਾ ਚਾਹੇ ਕੋਈ ਵੀ ਆਪਾਂ ਫੀਲਡ ਕਹਿ ਲਈਏ ਉਹਦੇ ਤੇ ਤੁਹਾਡੀ ਕਿੰਨੀ ਕੁ ਸਟਰਗਲ ਰਹੀ ਹੈ ਜ਼ਿੰਦਗੀ ਦੇ ਵਿੱਚ ਕੀ ਕੀ ਮੋੜ ਆਏ ਨੇ ਔਰ ਕਿਹੜੀ ਕਿਹੜੀ ਮੋੜ ਤੇ ਤੁਹਾਨੂੰ ਨਿਰਾਸ਼ਾ ਮਿਲੀ ਆ ਆ ਸਟਰਗਲ ਤਾਂ ਹਰ ਕਿਸ ਨੂੰ ਕਰਨਾ ਪੈਂਦਾ ਹੈ ਜੇ ਕਿਤੇ ਪਹੁੰਚਣਾ ਚਾਹੁੰਦਾ ਕੋਈ ਇਨਸਾਨ ਸਟਰਗਲ ਤੋਂ ਬਿਨਾ ਕੁਝ ਕਰ ਨਹੀਂ ਸਕਦਾ ਤੇ ਮੈਂ 17 ਸਾਲ ਦਾ ਸੀਗਾ ਸਕੂਲ ਪਾਸ ਆਊਟ ਹੋਏ ਤੇ ਜੌਬ ਤੇ ਲੱਗੇ ਫੈਮਿਲੀ ਬੈਕਗ੍ਰਾਉਂਡ ਨਾ ਸਟਰੋਂਗ ਨਹੀਂ ਸੀ ਸੋ ਜੌਬ ਕਿੱਥੇ ਸਟਾਰਟ ਅ ਜਗ੍ਹਾ ਤੇ ਖੜ ਕੇ ਸੀ ਇੱਕ ਪੈਂਫਲਟ ਹੁੰਦੇ ਨਾ ਪ੍ਰਮੋਟਰਸ ਅਸੀਂ ਉਹ ਵੀ ਜੌਬ ਕੀਤੀ ਹੋਈ ਹੈ ਮੇਰੀ ਧੁੱਪੇ ਖੜ ਕੇ ਸਿਖਰ ਦੁਪਹਿਰੇ ਖੜ ਕੇ ਵੀ ਜੌਬ ਕੀਤੀ ਹੋਈ ਹੈ ਤੇ ਉਥੋਂ ਚੱਲਦੇ 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 ਮੈਂ ਜਿਹੜਾ ਨੂੰ ਦੱਸਿਆ ਮੇ ਜੀਜਾ ਨੇ ਮੇਰਾ ਥੋੜਾ ਸਾਥ ਦਿੱਤਾ ਤੇ ਉਹਨਾਂ ਨੇ ਥੋੜਾ ਬਹੁਤ ਸਿੱਖਿਆ ਤੇ ਇੱਕ ਟਾਈਮ ਇਹ ਆਇਆ ਕਿ ਮੈਂ ਬਿਲਕੁਲ ਬੈਕ ਆਊਟ ਕਰ ਗਿਆ ਸੀਗਾ ਕਿ ਮੇਤੋਂ ਨਹੀਂ ਹੋਣਾ ਇਹ ਕੰਮ ਅੱਛਾ ਬੈਕ ਕਰ ਗਿਆ ਸੀ ਬੈਕ ਕਰ ਗਿਆ ਸੀਗਾ ਮਤਲਬ ਇੱਕ ਸਾਲ ਦੇ ਵਿੱਚ ਮੈਂ ਬੈਕ ਕਰ ਗਿਆ ਸੀ ਮੈਂ ਕਿਹਾ ਨਾ ਬਹੁਤ ਡਿਫਿਕਲਟ ਆਟ ਹੈ ਮਤਲਬ ਮੈਂ ਕਿਸ ਦੀ ਸਕਿਨ ਲਾਈਕ ਕਿਉ ਹੈਸ ਐਕਸਪੀਰੀਅੰਸ ਮੇ ਕੋ ਨਾ ਇੱਕ ਟੈਟੂ ਖਰਾਬ ਹੋ ਗਿਆ ਸੀ ਟੈਟੂ ਖਰਾਬ ਵੀ ਮਤਲਬ ਥੋੜਾ ਬਹੁਤ ਹੋਇਆ ਨਾ ਨਾ ਫਰੈਸ਼ਸ ਵਾਸਤੇ ਤੇ ਉਹ ਚੀਜ਼ ਹੋਈ ਮੇਰੇ ਨਾਲ ਨਰਵਸ ਮਤਲਬ ਪੈਨਸ਼ਨ ਕੀ ਇੱਕ ਹੀ ਹੋ ਗਿਆ ਨਾ ਕੀ ਭਾਣਾ ਵਰਤ ਗਿਆ ਮੁੰਡੇ ਦੀ ਸਕਿਨ ਥੋੜਾ ਕਰਬ ਕਰ ਦਾਂਗੇ ਅਸੀਂ ਤੇ ਫਿਰ ਮੇਰੇ ਲਾਈਕ ਫੈਮਿਲੀ ਨੇ ਮੈਨੂੰ ਸਪੋਰਟ ਕੀਤਾ ਕਹਿੰਦੇ ਕੋਈ ਸ਼ੁਨੀ ਐ ਤੂੰ ਸਿੱਖ ਟ੍ਰੇਨਿੰਗ ਲੈ ਪ੍ਰੋਪਰ ਕੋਈ ਦਿੱਕਤ ਨਹੀਂ ਤੂੰ ਕਰ ਹੌਸਲਾ ਨਾ ਛੱਡ ਤੇ ਫਿਰ ਉਹ ਕਰਦੇ ਨੇ ਫੈਮਿਲੀ ਸਪੋਰਟ ਮਿਲੀ ਹਨਾ ਫਰੈਂਡਸ ਸਪੋਰਟ ਮਿਲੀ ਤੇ ਫਿਰ ਕਰਦੇ ਗਏ ਸਟਰਗਲ ਫਿਰ ਮੈਂ ਟ੍ਰੇਨਿੰਗ ਲੈਣ ਨੂੰ ਉਸੇ ਚਲੇ ਗਏ ਬੰਬੇ ਅੱਛਾ ਜੀ ਤੇ ਹਾਂ ਉੱਥੇ ਮਤਲਬ ਤੁਸੀਂ ਸਮਝੋ ਫੀਸ ਵਾਸਤੇ ਪ੍ਰੋਪਰ ਪੈਸੇ ਨਹੀਂ ਸੀਗੇ ਜੇ 4 ਲੱਖ ਫੀਸ ਦੇ ਰਿਆ ਸੀ ਮੈਂ ਤੇ ਮੇਰੀ ਜੇਪ ਸੀ ਸਿਰ 1.5 ਤੋਂ 2 ਲੱਖ ਸੀਗਾ ਅੱਛਾ ਜੀ ਹਾਂ ਤੇ ਉਹ 4 ਲੱਖ ਕਿੱਥੋਂ ਆਣਾ ਹੈ 4 ਲੱਖ ਕਿੱਥੋਂ ਆਣਾ ਤੇ ਬਸ ਕਰਦੇ 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 ਕੇ ਉਹਨਾਂ ਨੇ ਸਪੋਰਟ ਕੀਤਾ ਜਿੱਥੋਂ ਟ੍ਰੇਨਿੰਗ ਲਈ ਤੇ ਬਸ ਹੁਣ ਕਿਤਾ ਫਿਰ ਸਟਰਗਲ ਚ ਬਹੁਤ ਹੁੰਦੀਆਂ ਨੇ ਹੋਰ ਵੀ ਲਾਈਫ ਚੱਲੇ ਆਪਾਂ ਡਾਊਨ ਜਾਂਦੇ ਹੀ ਰਹਿੰਦੇ ਨੇ ਤੇ ਇੰਡਸਟਰੀ ਚ ਕਈ ਲੋਕ ਇਦਾਂ ਦੇ ਵੀ ਨਹੀਂ ਉੱਪਰ ਚੜ੍ਹੋ ਇਹ ਬਦੋਂ ਕਿੱਦਾਂ ਲਾਂਦੇ ਨੇ ਬਿਲਕੁਲ ਅਗਲਾ ਸਵਾਲ ਇਹੀ ਕਰਨ ਲੱਗਿਆ ਸੀ ਮੈਂ ਤੁਹਾਨੂੰ ਇੰਡਸਟਰੀ ਦੀ ਜੇ ਮੈਂ ਗੱਲ ਕਰਾਂ ਹਰ ਫੀਲਡ ਦੀ ਜੇ ਮੈਂ ਗੱਲ ਕਰਾਂ ਕੰਪੀਟੀਸ਼ਨ ਬਹੁਤ ਆ ਬਹੁਤ ਆ ਤੇ ਥੋੜੀ ਫੀਲਡ ਵਿੱਚ ਕਿੰਨਾ ਕੋ ਕੰਪੀਟੀਸ਼ਨ ਆ ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਰੂਰ ਜਾਣਨਾ ਚਾਹਣਗੇ ਐਕਚੁਅਲੀ ਅੱਜ ਕੱਲ੍ਹ ਨਾ ਲੋਕਾਂ ਨੇ ਇਹਨੂੰ ਬਿਜ਼ਨਸ ਬਣਾ ਲਿਆ ਇਹ ਇੱਕ ਬਿਜ਼ਨਸ ਨਹੀਂ ਇੱਕ ਆਰਟਵਰਕ ਹੈ ਜਿਹਨੂੰ ਇੱਕ ਤੁਸੀਂ ਬਿਜ਼ਨਸ ਲੋਕੀ ਦੇਖਦੇ ਪੈਸਾ ਇਸ ਫੀਲਡ ਵਿੱਚ ਪੈਸਾ ਨੋ ਡਾਊਟ ਪੈਸਾ ਹੈ ਜੇ ਤੁਸੀਂ ਇੱਕ ਅੱਛੇ ਆਰਟਿਸਟ ਹੋ ਤੇ ਤੁਹਾਡੇ ਸਪੈਸਾ ਮੈਟਰ ਨਹੀਂ ਕਰਦਾ ਇਸ ਫੀਲਡ ਵਿੱਚ ਤੁਹਾਨੂੰ ਆਪਣਾ ਵਰਕ ਦੇਣਾ ਹੈ ਤੁਸੀ ਬੈਸਟ ਦਿਖਾਣਾ ਹੈ ਸੋ ਪੈਸਾ ਬਿਲਕੁਲ ਨਹੀਂ ਮੈਟਰ ਕਰੇਗਾ ਤੇ ਲੋਕ ਕੀ ਕਰਦੇ ਨੇ YouTube ਤੇ ਜਸਟ ਵੀਡੀਓਜ਼ ਨਾਲ ਕਈ ਰੈਂਡਮ ਆਰਟਿਸਟ ਅਪਲੋਡ ਕਰ ਦਿੰਦੇ ਨੇ ਉਹ ਜਸਟ ਬੇਸਿਕ ਨੋਲੇਜ ਦੇ ਦਿੰਦੇ ਨੇ ਉਹਨਾਂ ਉਹੀ ਨੋਲੇਜ ਤੋਂ ਲੋਕੀ ਦੇਖ-ਦੇਖ ਕੇ ਟੈਡੂ ਕਰ ਰਹੇ ਨੇ ਵਿਦਆਊਟ ਐਨ ਨੋਲੇਜ ਉਹਨਾਂ ਨੂੰ ਪਤਾ ਹੀ ਨਹੀਂ ਕਰਨਾ ਕਿ ਇਹ ਕਿਵੇਂ ਕਰਨਾ ਹੈ ਸਟੂਡੀਓਜ਼ ਓਪਨ ਅੱਛੇ ਹਾਈ ਪ੍ਰੋਫਾਈਲ ਸਟੂਡੀਓਜ਼ ਓਪਨ ਕਰਕੇ ਬੈਠੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਟ੍ਰੇਨਿੰਗ ਕਿਵੇਂ ਦੇਣੀ ਹੈ ਇੱਥੇ ਮੈਂ ਦੱਸ ਦੇਣਾ ਚਾਹੁੰਨਾ ਕਿ ਅੱਜ ਦੇ ਟਾਈਮ ਦੀ ਜੇ ਮੈਂ ਗੱਲ ਕਰਾਂ ਸੋਸ਼ਲ ਮੀਡੀਆ ਦੀ ਹਾਈ ਪਾਵਰ ਮੰਨੀ ਜਾਂਦੀ ਪਰ ਕਦੇ-ਕਦੇ ਉਹ ਖਤਰਨਾਕ ਵੀ ਸਾਬਤ ਹੁੰਦਾ ਅ ਜਿਵੇਂ ਵੀਰ ਨੇ ਹੁਣੇ-ਹੁਣੇ ਗੱਲ ਕਹੀ ਹੈ ਨਾ ਵੀਰੇ ਤੇ ਮੈਂ ਤਾਂ ਲੋਕਾਂ ਨੂੰ ਇਹ ਗਾਈਡ ਕਰੂੰਗਾ ਜਦੋਂ ਤੁਸੀਂ ਜਾਣਦੇ ਹੋ ਹਨਾ ਟੈਟੂ ਕਰਵਾਉਣ ਜਾ ਰਹੇ ਹੋ ਫਸਟ ਆਫ 올 ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ ਬਣਵਾਣਾ ਹੈ ਠੀਕ ਹੈ ਤੁਹਾਨੂੰ ਤੁਹਾਡੇ ਡਿਜ਼ਾਈਨ ਬਾਰੇ ਪਤਾ ਹੋਣਾ ਚਾਹੀਦਾ ਤੋਂ ਦੇ ਵਿੱਚ ਇੱਕ ਸਟੋਰੀ ਹੋਣੀ ਚਾਹੀਦੀ ਹੈ ਤੁਸੀਂ ਲਾਈਫ ਟਾਈਮ ਵਾਸਤੇ ਚੀਜ਼ ਆਪਣੇ ਬਾਡੀ ਤੇ ਲੈ ਰਹੇ ਹੋ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕਰਵਾ ਕੇ ਰਿਓ ਠੀਕ ਹੈ ਤੇ ਮੇਕ ਸ਼ੋਰ ਤੁਸੀਂ ਨੌਲੇਜ ਲੈ ਕੇ ਜਾਓ ਟੈਟੂ ਦੀ ਠੀਕ ਹੈ ਤੁਹਾਨੂੰ ਚਾਹੀਦਾ ਕੀ ਹੈ ਤੇ ਉਸ ਤੋਂ ਇੰਪੋਰਟੈਂਟ ਤੁਸੀਂ ਕਿਹੜੇ ਆਰਟਿਸਟ ਕੋ ਜਾ ਰਹੇ ਹੋ ਬਿਲਕੁਲ ਠੀਕ ਹੈ ਜ਼ਰੂਰੀ ਗੱਲ ਹੈ ਸਭ ਤੋਂ ਇੰਪੋਰਟੈਂਟ ਅੱਜ ਕੱਲ ਸੋਸ਼ਲ ਮੀਡੀਆ ਇੰਨਾ ਫੈਲਦਾ ਹੈ ਲੋਕਾਂ ਦੀ ਨੀ ਨੌਲੇਜ ਤਾਂ ਹੁੰਦੀ ਏ ਇੱਕ ਪ੍ਰੋਫਾਈਲ ਓਪਨ ਕਰਨ ਆਰਟਿਸਟ ਦੀ ਠੀਕ ਹੈ ਚੈੱਕ ਕਰਨ ਉਹਦਾ ਵਰਕ ਕੀ ਹੈ ਕਲੇ ਟੈਟੂ ਜੀ ਨਹੀਂ ਉਹਨਾਂ ਹੀਲਿੰਗ ਰਿਜ਼ਲਟ ਦਾ ਟੈਟੂ ਠੀਕ ਹੋਣ ਤੋਂ ਬਾਅਦ ਰਿਜ਼ਲਟ ਕਿਦਾਂ ਆਉਂਦੇ ਨੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਉਹ ਹੈ ਤੁਹਾਨੂੰ ਉਹ ਚੀਜ਼ ਨੌਲੇਜ ਹੋਣੀ ਚਾਹੀਦੀ ਹੈ ਤੇ ਆਰਟਿਸਟ ਕਿਹੜਾ ਮਟੀਰੀਅਲ ਯੂਜ਼ ਕਰ ਰਿਹਾ ਉਹਨੂੰ ਕੋ ਨੌਲੇਜ ਲੋ ਤੁਹਾਡਾ ਰਾਈਟ ਆਪਣੇ ਕਲਾਇੰਟ ਦਾ ਆਰਟਿਸਟ ਨਾਲ ਨੌਲੇਜ ਬਿਲਕੁਲ ਕਿਉਂਕਿ ਉਹਨੇ ਬਾਡੀ ਤੇ ਜਾਣਾ ਹੈ ਅਗਲਾ ਪੇ ਕਰ ਰਿਹਾ ਹੈ ਤੇ ਉਹਨੂੰ ਪਤਾ ਹੋਣਾ ਚਾਹੀਦਾ ਪਰਮਨੈਂਟ ਟੈਟੂ ਬਿਲਕੁਲ ਸਰ ਬਿਲਕੁਲ ਸੋ ਮੈਂ ਤਾਂ ਹੀ ਕਹੂੰਗਾ ਕਿ ਆਪਣੇ ਪ੍ਰੋਪਰ ਨੋਲਿਜ ਗਾਈਡ ਲੈ ਕੇ ਫਿਰ ਆਪਣਾ ਟੈਟੂਸ ਕਰਵਾਣ ਕਰੀ ਵੀ ਇਨਫੈਕਸ਼ਨ ਦਾ ਕਿੰਨਾ ਕੋ ਡਰ ਰਹਿੰਦਾ ਇਹਦੇ ਵਿੱਚ ਜਾਂ ਕਿਹੜੀ ਕਈ ਵਾਰੀ ਐਦਾਂ ਹੁੰਦਾ ਵਾ ਕੋਈ ਚੀਜ਼ ਨਹੀਂ ਬੋਡੀ ਨੂੰ ਸੂਟ ਕਰਦੀ ਹੈ ਨਾ ਉਹ ਰिएक्ट ਕਰ ਜਾਂਦੀ ਹੈ ਛੇਤੀ ਜਾਂ ਇਨਫੈਕਸ਼ਨ ਹੁੰਦੀ ਆ ਉਹਦੇ ਨਾਲ ਉਹ ਹੁੰਦੀ ਆ ਕਦੇ-ਕਦੇ ਆ ਕੀ ਹੈ ਇਹਦਾ ਸਿਸਟਮ ਹਾਂ ਸਰ ਵੈਸੇ ਇਨਫੈਕਸ਼ਨ ਹੁੰਦੇ ਚਾਂਸਸ ਨਾ ਦੋ ਹੀ ਹੁੰਦੇ ਨੇ ਇੱਕ ਤਾਂ ਕਿ ਤੁਸੀਂ ਪ੍ਰੋਫੈਸ਼ਨਲ ਨਹੀਂ ਹੋ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਰ ਕੀ ਰਹੇ ਹੋ ਟੈਟੂਸ ਦੇ ਨਾਲ ਠੀਕ ਹੈ ਤੁਹਾਨੂੰ ਪਤਾ ਨਹੀਂ ਕਿੰਨੀ ਡੀਪ ਨੀਡਲ ਚਲਾਨੀ ਹੈ ਤੇ ਉਸ ਉਹ ਸਭ ਤੋਂ ਵੱਡਾ ਰੀਜ਼ਨ ਹੈ ਕਿ ਇਨਫੈਕਸ਼ਨ ਹੋਣ ਦਾ ਇੱਕ ਸਕਿਨ ਆਂਦੀ ਦਾ ਜ਼ਖਮ ਛੱਟ ਲੱਗਦੀ ਹੈ ਨਾ ਆਪਣੇ ਬਾਡੀ 'ਤੇ ਡਿੱਗ ਜੰਨੇ ਛੱਟ ਆ ਜਾਂਦੀ ਹੈ ਤੇ ਉਹ ਜ਼ਖਮ ਬਣ ਜਾਂਦਾ ਹੈ ਤੇ ਉਹ ਜ਼ਖਮ ਸੇਮ ਟੈਟੂ ਤੇ ਆਂਦਾ ਹੈ ਜੇ ਤਾਂ ਕੋਈ ਪ੍ਰੋਫੈਸ਼ਨਲ ਆਰਟਿਸਟ ਕਰੇਗਾ ਉਹ ਬਿਲਕੁਲ ਨਾ ਮਾਤਰ ਹੁੰਦਾ ਬਿਲਕੁਲ ਮਾਈਨਰ ਦੇ ਹੁੰਦੀ ਹੈ ਹਾਂ ਹੁੰਦਾ ਬਿਲਕੁਲ ਸਰ ਇੱਕ ਚੀਜ਼ ਨੂੰ ਆਪਾਂ ਪੈਂਡਿੰਗ ਕਰ ਰਹੇ ਹਾਂ ਤੇ ਉਥੇ ਜ਼ਖਮ ਆਣਾ ਲਾਜ਼ਮੀ ਹੈ ਬਿਲਕੁਲ ਤੇ ਉਹੀ ਚੀਜ਼ ਟੈਟੂ ਸੇਮ ਚੀਜ਼ ਹੈ ਤੇ ਜ਼ਖਮ ਆਨੇ ਆਨੇ ਬਟ ਕੀ ਹੈ ਤੁਹਾਨੂੰ ਪ੍ਰੋਪਰ ਨੋਲੇਜ ਹੋਣੀ ਚਾਹੀਦੀ ਆਰਟਿਸਟ ਨੂੰ ਉਹ ਕਿੱਦਾਂ ਆਫਟਰ ਕੇਅ ਦੇਨੇ ਦੇਗਾ ਠੀਕ ਹੈ ਕਿੱਦਾਂ ਉਹਨੂੰ ਸਹੀ ਕਰਵਾਉਣਾ ਟੈਟੂ ਹੁਣ ਕਈ ਲੋਕੀ ਪਾਣੀ ਤੋਂ ਡਰਾਂਦੇ ਰਹਿੰਦੇ ਪਾਣੀ ਨਾ ਪਾਣਾ ਮਿਸਕਾਨ ਕਰਦੇ ਨੇ ਮਿਥ ਬਣਾਇਆ ਹੈ ਪਾਣੀ ਨਾ ਪਾਣਾ ਟੈਟੂ ਦੇ ਉੱਤੇ ਇੱਕ ਛੋਟੀ ਜੀ ਚੀਜ਼ ਹੈ ਜੇ ਸੱਟ ਲੱਗਦੀ ਹੈ ਡਾਕਟਰ ਕਰੀ ਇਹ ਕਹੇਗਾ ਕਿ ਹਾਂ ਭਈ ਤੁਸੀਂ ਇਹਨੂੰ ਕਲੀਨ ਕਰਨਾ ਕੀ ਕਹਿੰਦਾ ਡਾਕਟਰ ਤੁਸੀਂ ਆਪਣੇ ਸੱਟ ਨੂੰ ਕਲੀਨ ਕਰਾ ਕੇ ਜਾਓ ਸਾਡੇ ਕੋਲ ਮੈਡੀਕਲ ਪੂਰੀ ਇਨਸਟਰਕਸ਼ਨਸ ਲੋ ਸਾਡੇ ਤੋਂ ਆ ਕੇ ਫਿਰ ਉਹ ਜੀ ਟੈਟੂ ਆ واش کرنا ਜ਼ਰੂਰੀ ਹੈ ਵਨ ਟਾਈਮ ਡੇਲੀ ਡਸਟ ਪਈ ਹੁੰਦੀ ਹੈ ਉਹ ਡਸਟ ਨੂੰ ਕਲੀਨ ਕਰਨੀ ਹੈ ਉਹ ਚ ਇਨਫੈਕਸ਼ਨ ਬਣਦੀ ਹੈ ਸੋ ਆ ਅਵੇਅਰ ਇਨ ਯੂ ਲੋਕੇ ਅੱਛਾ ਵੀਰੇ ਮੈਂ ਹੁਣ ਪੁੱਛਣਾ ਚਾਹੂੰਗਾ ਜਦੋਂ ਆਪਾਂ ਨਾ ਸਟਰਗਲ ਦੇ ਦੌਰ ਦੇ ਵਿੱਚ ਹੁੰਨੇ ਆ ਤੇ ਕਈ ਵਾਰੀ ਆਪਣੇ ਰਿਸ਼ਤੇਦਾਰੀ ਜਾਂ ਆਪਣੇ ਯਾਰ ਮਿੱਤਰ ਕਹਿ ਲਿਏ ਉਹ ਲੱਤਾਂ ਉਹ ਖਿੱਚਦੇ ਨੇ ਹੈਨਾ ਆਪਣੇ ਦੇ ਵਿੱਚੋ ਹੀ ਕੋਈ ਨਾ ਕੋਈ ਕਾਟ ਕੱਟਦਾ ਜਾਂਦਾ ਜਾਂ ਪਹਿਲਾਂ ਜਦੋਂ ਅਸੀਂ ਕੋਈ ਕੰਮ ਕਰ ਲਿਓ ਕਹਿੰਦੇ ਆ ਇਹ ਕੰਮ ਕੋਈ ਕਰਨ ਵਾਲੇ ਆ ਤਨੂ ਵੀ ਕੀ ਆਊਗਾ ਤੁਹਾਡੇ ਨਾਲ ਵੀ ਗੱਲਾਂ ਹੋਈਆਂ ਜੇ ਕੋਈ ਹੈ ਇਦਾਂ ਦਾ ਕੋਈ ਜੇ ਦੱਸਣਾ ਚਾਹੋ ਮੈਂ ਨਾਮ ਨਹੀਂ ਲਵਾਂਗਾ ਕਿਸੇ ਦਾ ਵੀ ਕਿਉਂ ਸਾਰੇ ਭਰਾ ਮਿੱਤਰ ਹੀ ਨੇ ਆਪਣੇ ਤੇ ਜਦੋਂ ਮੈਂ ਸਟਾਰਟਿੰਗ ਕੀਤੀ ਉਸ ਨਾਲ ਕੀ ਟੈਟੂ ਲਾਈਨਸ ਪੈ ਗਿਆ ਤੇ ਮੈਨੂੰ ਪਤਾ ਸੀ ਮੈਂ ਤਾਂ ਹੀ ਇਹ ਸਵਾਲ ਕੀਤਾ ਦਾ ਉਹ ਉਸ ਟਾਈਮ ਉਸ ਟਾਈਮ ਟਾਈਮ ਕੁਝ ਹੋਰ ਸੀ ਦੌਰ ਕੁਝ ਹੋਰ ਸੀ 2012 13 ਦੀ ਗੱਲ ਕੁਝ ਹੋਰ ਸੀ ਟੈਟੂ ਬਹੁਤ ਰੇਅਰ ਹੁੰਦੇ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਟੈਟੂ ਦਾ ਹੁੰਦਾ ਕੀ ਹੈ ਤੇ ਉਹਨਾਂ ਨੇ ਬੜਾ ਕਹਿਣਾ ਟੋਕਣਾ ਯਾਰ ਇਹ ਕੀ ਕੰਮ ਸ਼ੁਰੂ ਕਰ ਲਿਆ ਤੂੰ ਬਈਗਾ ਕੀ ਹਾਂ ਹੁਣ ਦੁਕਾਨ ਛੇਦ ਕਰਾਂਗੇ ਲੋਕਾਂ ਦੇ ਤੇ ਟੈਟੂ ਬੁਨੇਗਾ ਮੈਂ ਕਿਹਾ ਯਾਰ profession ਹੈ ਮੈਂ ਤੁਹਾਨੂੰ ਪਿਆਰ ਨਾਲ ਕਰਦਾ ਕੰਮ ਨਾ ਪਰ ਆਪਰ ਨੌਲੇਜ ᱛੀ ਹੈ ਸੋ ਇੱਕ profession ਵਾਂਗੂ ਕੰਮ ਕਰ ਰਿਹਾ ਮੈਂ ਮੈਂ ਕਿਹਾ ਮੈਨੂੰ ਪਤਾ ਨਾਲ ਟਾਈਮ ਫਿਊਚਰ ਕੀ ਜਾਂਦਾ ਹੁਣ ਤੁਸੀਂ ਦੇਖੋਗੇ ਮੇਰੇ ਕੋ ਸਟੂਡੈਂਟਸ ਵੀ ਕਾਫੀ ਨੇ ਠੀਕ ਹੈ ਪੰਜ ਤੋਂ 6 ਸਟੂਡੈਂਟਸ ਨੇ ਟ੍ਰੇਨਿੰਗ ਲੈਂਦੇ ਨੇ ਬਿਲਕੁਲ ਤੇ 12 ਸਾਲ ਦਾ ਸਟੂਡੈਂਟ ਸਭ ਤੋਂ ਯੰਗ ਸਟੂਡੈਂਟ ਹੈ ਮੇਰੇ ਕੋ ਤੇ ਉਸ ਸਾਲ ਦੇ ਬੱਚੇ ਦਾ ਤੁਸੀਂ ਸੋਚ ਸਕਦੇ ਹੋ ਟੈਟੂ ਲਾਈਨ ਚ ਆਏਗਾ ਬਟ ਅੱਜਕੱਲ ਪੇਰੈਂਟਸ ਨੂੰ ਸਮਝ ਆ ਚੁੱਕਾ ਹੈ ਕਿ ਇਹ ਫਿਊਚਰ ਕੀ ਹੈ ਲੋਕੇ ਇੰਜੀਨੀਅਰ ਬਣ ਕੇ ਲੋਕੇ ਇੰਜੀਨੀਅਰ ਰਹਿ ਕੇ 15 ਤੋਂ 20000 ਕ ਮਾਰੇ ਨੇ 4 ਸਾਲ ਦੀ ਡਿਗਰੀ ਕਰਦੇ 3 ਸਾਲ ਦੀ ਡਿਗਰੀ ਕਰਦੇ ਨੇ ਤੇ ਇੱਥੇ ਉਹੀ ਕੋਰਸ ਅਸੀਂ 6 ਮਹੀਨੇ ਚ ਕਰਾ ਕੇ ਬੱਚਾ ਨੀਅਰ ਅਬਾਊਟ ਮਹੀਨੇ ਚ 50000 ਰੁਪਏ इजीली ਔਨ ਕਰ ਲੈਂਦਾ ਤੇ ਡਿਫਰੈਂਸ ਦੇਖੋ अच्छा जे मैं यूथ दी गल ਤੁਹਾਨੂੰ ਕਰਾਂ ਯੂਥ ਦੇ ਵਿੱਚ ਕਿੰਨੀ ਕੋ ਉਚਕਤਾ ਦੇਖਦੇ ਹਾਂ ਤੁਸੀਂ ਆਂਦੇ ਆ ਤੁਹਾਡੇ ਕੋਲੇ ਟੈਟੂ ਚਾਹੇ ਮੁੰਡੇ ਚਾਹੇ ਕੁੜੀਆਂ ਕਿੰਨਾ ਕੋ ਯੂਥ ਦੇ ਵਿੱਚ ਤੁਸੀਂ ਦੇਖਦੇ ਹੋ ਇਸ ਚੀਜ਼ ਨੂੰ ਲੈ ਕੇ ਯੂਥ ਬਹੁਤ ਜ਼ਿਆਦਾ ਯੂਥ ਛਡੂ ਮੇਰੇ ਕੋ 올ਡੇਸ ਬੜੇ ਆਦੇ ਨੇ 올ਡੇਸ ਆਦੇ ਨੇ ਮੇਰੇ ਕੋ ਬਹੁਤ سارے ਕਲਾਇੰਟਸ ਨੇ 60 ਤੋਂ 60 ਸਾਲ ਦੇ ਨੇ ਅੱਛਾ ਜੀ ਹਾਂ ਉਖਰਾ ਕੇ ਜਾਂਦੇ ਟੈਟੂਸ ਕੋਈ ਦਾ ਇਸ਼ੂ ਨਹੀਂ ਹੈ ਬਟ ਕੀ ਨੌਲੇਜ ਮੈਂ ਉਹ ਹੀ ਕਹਾਂਗਾ ਕਿ ਹਾਂ ਵੀ ਬਹੁਤ ਜ਼ਿਆਦਾ ਕਰੇਜ਼ ਹੈ ਲੋਕਾਂ ਨੂੰ ਹਾਂ ਕਰੇਜ਼ ਬਹੁਤ ਹੈ ਤੇ ਵੱਡੇ ਆਰਟਿਸਟ ਬੈਠਾ ਉਹਨਾਂ ਨੇ ਕੰਮ ਥੋੜਾ ਖਰਾਬ ਕੀਤਾ ਹੋਇਆ ਆਪਣੀ ਵੈਲਿਊ ਨਹੀਂ ਵੰਦੇ ਹਾਂ ਨਵਾਂ ਨਵਾਂ ਕੰਮ ਸਿੱਕੇ ਆਂਦੇ ਨੇ ਤੇ ਕੁਝ ਵੀ ਰੇਟ ਕਰੀ ਜਾ ਰਹੇ ਨੇ ਉਹਨਾਂ ਆਪਣੀ ਵੈਲਿਊ ਨਹੀਂ ਲੈਣੀਆਂ ਦੀ ਹਾਂ ਅੱਛਾ ਆਪਾਂ ਸ਼ੁਰੂ ਦੇ ਵਿੱਚ ਮੈਂ ਇੱਕ ਗੱਲ ਕੀਤੀ ਆ ਵੀ ਪੁਰਾਣੇ ਸਮੇਂ ਦੀ ਜੇ ਮੈਂ ਗੱਲ ਕਰਾਂ ਪੁਰਾਣੇ ਸਮੇਂ ਦੇ ਵਿੱਚ ਟੈਟੂ ਉਹ ਨੁਕੀਲੀ ਚੀਜ਼ ਨਾਲ ਬਣਦੇ ਚਾਹੇ ਉਹ ਉਹਨੂੰ ਮੈਂ ਕੇਲ ਵੀ ਕਹਿ ਸਕਦਾ ਹੈ ਨਾ ਉਹ ਜਿਹੜੀ ਉਹ ਕੇਲੀ ਹੁੰਦੀ ਸੀ ਕਿੱਦਾਂ ਹੁੰਦਾ ਸੀ ਉਹ ਐਕਚੁਅਲੀ ਕੀ ਹੁੰਦਾ ਸੀਗਾ ਪੁਰਾਣੇ ਟਾਈਮ ਚ ਕੀ ਹੁੰਦਾ ਸੀ ਇੱਕ ਲੱਕੜ ਹੁੰਦੀ ਸੀਗੀ ਠੀਕ ਐ ਉਹਨੂੰ ਸ਼ਾਰਪ ਕਰਕੇ ਠੀਕ ਹੈ ओरिजिनल टैटूस ਕਰੇ ਜਾਂਦੇ ਦੇਗੇ اچھا ਜਿਵੇਂ ਇੱਕ ਸਪੋਸਟ ਦਾ ਐਗਜ਼ਾਮਪਲ ਦਿੰਨਾ ਇੱਕ ਬਲੇਡ ਲੈਨੇ ਆ ਹਨਾ ਆਪਾਂ ਬਲੇਡ ਨੂੰ ਕੱਟ ਮਾਰਦੇ ਆ ਨਿਸ਼ਾਨ ਰਹਿ ਜਾਂਦਾ ਹੁੰਦਾ ਬਿਲਕੁਲ ਕਿਉਂਕਿ ਉਹ ਸੈਕੰਡ ਤੋਂ ਥਰਡ ਲੇਅਰ ਚ ਜਾਂਦਾ ਹੈ ਜੋ ਵੀ ਚੀਜ਼ ਆਪਨੇ ਇੰਜੈਕਟ ਕਰੇਗੀ ਇਦਾਂ ਚੀਜ਼ ਹੋਏਗੀ ਨਾ ਸੈਕੰਡ ਤੋਂ ਥਰਡ ਲੇਅਰ ਚ ਜਾਏਗੀ ਉਹ ਨਿਸ਼ਾਨ ਛੱਡ ਦੇਗੀ ਤੇ ਉਹੀ ਨਿਸ਼ਾਨ ਚ ਮੈਂ ਬਲੇਡ ਦੇ ਉੱਤੇ ਕੁਝ ਵੀ ਰੰਗ ਲਾਦਾ ਤੇ ਉਹ ਨਿਸ਼ਾਨ ਪੱਕਾ ਹੋਰੇਗਾ ਕਲਰ ਦੇ ਨਾਲ ਤੇ ਉਹੀ ਚੀਜ਼ ਹੁਣ ਥੋੜਾ ਮੋਡਰਨ ਹੋ ਗਿਆ ਚੇਂਜ ਹੋ ਗਿਆ ਕਰਦੇ ਆ ਫਿਰ ਹੁਣ ਇੱਕ ਤਾਂ ਜਿਹੜੇ ਬੇਸਿਕ ਸਾਰੇ ਕਰਦੇ ਨੇ ਮਸ਼ੀਨਜ਼ ਦੇ ਨਾਲ ਇੱਕ ਸਾਡ ਕੋ ਡਿਫਰੈਂਟ ਕੀ ਹੈ ਹੈਂਡ ਪੋਕ ਟੈਟੂਸ ਜੋ ਹੀ ਤੁਸੀਂ ਕੁਐਸਚਨ ਪੁੱਟ ਕੀਤਾ ਨਾ ਪੁਰਾਣੇ ਟਾਈਮ ਚ ਹੁਣ ਥੋੜਾ ਸਾਨੂੰ ਉਹਦੇ ਚ ਐਡਵਾਂਸ ਲੈ ਕੇ ਆ ਗਏ ਆ ਨੀਡਲ ਦੇ ਨਾਲ ਕਰਿਆ ਜਾਂਦਾ ਉਹ ਨੀਡਲ ਨਾਲ ਸਿਰਫ ਕਰਨਾ ਹੱਥ ਨਾਲ ਹੀ ਹੈ ਲਾਈਕ ਨੀਡਲ ਇਤੀ ਜਸ ਪੈਂਟਡ ਕਰਨਾ ਹੈ ਸਕਿਨ ਨੂੰ ਥੈਟਸ ਇਟ ਹਾਂ ਉਹਦੇ ਨਾਲ ਹੀ ਪੂਰੀ ਬਣਾ ਦਿੰਦੇ ਆ ਬਿਲਕੁਲ ਉਹ ਜ਼ਿਆਦਾ ਬਹੁਤ ਹੈਵੀ ਟੈਟੂਸ ਨੇ ਕਿਤੇ ਜਾਂਦੇ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਰਹਿੰਦਾ ਹੋ ਆਰਟਵਰਕ ਇਹ ਬਹੁਤ ਮਿਹਨਤ ਲੱਗਦੀ ਹੈ ਮਿਹਨਤ ਲੱਗਦੀ ਹੈ ਉਹਦੇ ਤੇ ਕਨਸਨਟ੍ਰੇਸ਼ਨ ਪੂਰੀ ਚਾਹੀਦੀ ਹੁੰਦੀ ਆ ਆਰਟਿਸਟ ਦੀ ਜੇ ਆਪਾਂ ਕੋ ਛੋਟੇ ਤੋਂ ਛੋਟਾ ਵੀ ਬਣਾਣਾ ਹੋਵੇ ਹਾਂ ਉਹਨੂੰ ਲਾਈਕ ਉਸ ਚੀਜ਼ ਨਾਲ ਡੇਢ ਘੰਟਾ ਲੱਗਦਾ ਡੇਢ ਤੋਂ 2 ਘੰਟੇ ਛੋਟੇ ਤੋਂ ਹੈਂਡਪੋਕ ਟੈਟੂਜ਼ ਨਾਲ ਹੁਣ ਉਹ ਹੀ ਥੋੜੀ ਆਸਾਨ ਹੋ ਗਿਆ ਮੋਟਰਸ ਆ ਗਏ ਮਸ਼ੀਨਸ ਆ ਗਏ ਉਹ ਹੀ ਅੱਧੇ ਪੰਨੇ ਘੰਟੇ ਚ ਸਟੱਡ ਕੰਬਿਟ ਛੋਟਾ ਟੈਟੂ ਬੇਸਿਕ ਇਹਦੇ ਨਾਲ ਇਨਫੈਕਸ਼ਨ ਦਾ ਕੋਈ ਡਰ ਰਹਿੰਦਾ ਵਾ ਸਰ ਸਭ ਯੂਜ਼ ਐਂਡ ਥਰੋ ਮਟੀਰੀਅਲ ਯੂਜ਼ ਕਰਦੇ ਆ ਅਸੀਂ ਸਾਰਾ ਮਤਲਬ ਇੱਕ ਸਿੰਗਲ ਇਨਕ ਕੱਪ ਤੋਂ ਲੈ ਤੇ ਨੀਡਲ ਸੱਚ ਸਭ ਯੂਜ਼ ਐਂਡ ਥਰੋ ਹੁੰਦੀ ਐ ਕੋਈ ਇਹਦਾ ਮਟੀਰੀਅਲ ਯੂਜ਼ਿੰਗ ਕਰ ਸਕਦੇ ਅਸੀਂ ਸਭ ਤੋਂ ਵੱਡਾ ਮਿਥ ਪਤਾ ਕੀ ਐ ਲੋਕਾਂ ਦੇ ਵਿੱਚ ਨੀਡਲਸ ਪੁਰਾਣੀ ਯੂਜ਼ ਕਰਦੇ ਨੇ ਨੀਡਲਸ ਤੋਂ ਇੱਕ ਦੱਸ ਦਿਨਾ ਗਾਈਡ ਕਰ ਦੇਣਾ ਨੀਡਲਸ ਸਾਡੀ ਨੀਕ ਜ਼ਿਆਦਾ ਕਾਸਟਲੀ ਨਹੀਂ ਹੈਗੀ ਕਿ ਅਸੀਂ ਪੁਰਾਣੀ ਯੂਜ਼ ਕਰੀਏ ਅ ਜਿਸ ਦੇ ਜਿਨ੍ਹਾਂ ਨੇ ਟੈਟੂ ਨਹੀਂ ਕਰਵਾਏ ਹੁੰਦੇ ਨਾ ਉਹਨਾਂ ਦੇ ਵਿੱਚ ਮਿਥ ਬਣੀ ਹੋਈ ਐ ਯਾਰ ਪੁਰਾਣਾ ਸਮਾਨ ਯੂਜ਼ ਹੁੰਦਾ ਐ ਇਨਫੈਕਸ਼ਨ ਹੋਏਗੀ ਕੁਝ ਵੀ ਨਹੀਂ ਹੁੰਦਾ ਨੀਡਲ ਦੀ ਕਾਸਟ ਬਹੁਤ ਜ਼ਿਆਦਾ ਕਾਟੁੰਦੀ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਹੁੰਦੀ ਸਭ ਹਾਂ ਹਰ ਵੇਲੇ ਚੇਂਜ ਕੀਤੀ ਜਾਏਗੀ ਅੱਛਾ ਨਾਲ ਨਾਲ ਚੇਂਜ ਕਰ ਦਿੰਨੇ ਹੋ ਹੈਨਾ ਤੁਸੀਂ ਹਾਂਜੀ ਬਿਲਕੁਲ ਸਭ ਬਿਲਕੁਲ ਜਦੋਂ ਤੁਸੀਂ ਆਵੋਗੇ ਆਪਾਂ ਸਪੈਸ਼ਲੀ ਐਕਸਪਾਇਰੀ ਵੀ ਦਿਖਾਵਾਂਗੇ ਕਿ ਨੀਡਲ ਦੀ ਕੀ ਐਕਸਪਾਇਰੀ ਹੈ ਕੀ ਮਟੀਰੀਅਲ ਹੈ ਕਿਹੜੀ ਕੰਪਨੀ ਹੈ ਸਭ ਕੁਝ ਦਿਖਾਵਾਂਗੇ ਤੋ ਦੋਸਤੋ ਬਿਲਕੁਲ ਜਿਵੇਂ ਕਿ ਤੁਸੀਂ ਵਿਜ਼ੂਅਲ ਵੀ ਨਾਲ ਦੇ ਨਾਲ ਦੇਖ ਰਹੇ ਹੋ ਨਾਲ ਦੇ ਨਾਲ ਸ਼ਾਰਟਸ ਵੀ ਚੱਲ ਰਹੇ ਨੇ ਸਾਡੇ ਔਰ ਲਾਈਵ ਵੀ ਮੇਰੇ ਸਾਹਮਣੇ ਇੱਕ ਟੈਟੂ ਬਣਾ ਵੀ ਰਿਹਾ ਮੇਰਾ ਵੀਰ ਵੀਰ ਜੋ ਮੇਰੇ ਨਾਲ ਚੇਤਨ ਸੂਦ ਵੀਰ ਬੈਠਾ ਉਹਨੇ ਵੀ ਸਾਰੀ ਗੱਲ ਦੱਸੀ ਆ ਅੱਛਾ ਵੀਰੇ ਮੈਂ ਸੁਣਿਆ ਕਿ ਤੁਹਾਡੇ ਸਟੂਡੈਂਟ ਵੀ ਜਿਹੜੇ ਆ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਸਿਖਾਇਆ ਔਰ ਵਧੀਆ ਇਨਕਮ ਕਮਾਰੇ ਨੇ ਬਿਲਕੁਲ ਸਰ ਮੇਰੇ ਦੋ ਤੋਂ ਤਿੰਨ ਸਟੂਡੈਂਟਸ ਨੇ ਲਾਈਕ ਉਹ ਕੈਂਡੀਜਟ ਬੈਠੇ ਨੇ ਠੀਕ ਹੈ ਇਵਨ ਕੀ 노 ਡਾਊਟ ਮੈਂ ਤਾਂ ਜ਼ਿਆਦਾ ਇਨਕਮ ਕਮਾ ਰਹੇ ਨੇ ਬਿਲਕੁਲ ਬਿਲਕੁਲ ਐਕਚੁਅਲੀ ਉਥੇ ਕ੍ਰੇਜ਼ ਆ ਲੋਕਾਂ ਨੂੰ ਨੌਲੇਜ ਉਥੇ ਉਥੇ ਨੌਲੇਜ ਨਾਲ ਕੰਮ ਕਰਦੇ ਨੇ ਉਥੇ ਦੇ ਲੋਕ ਇੱਥੇ ਉਹੀ ਚੀਜ਼ ਨੌਲੇਜ ਨਹੀਂ ਆਰਟਿਸਟ ਨੌਲੇਜ ਦਿੰਦਾ ਨਹੀਂ ਕਿਉਂ ਪ੍ਰੋਬਲਮ ਕੀ ਉਹਨਾਂ ਨੂੰ ਖੁਦ ਨੌਲੇਜ ਹੁੰਦੀ ਨਹੀਂ ਨੌਲੇਜ ਦੇਏਗਾ ਕਿ بس ਉਹ ਉਹ ਇੱਕ ਗੱਲ ਉਹ ਬਈ ਗਾਕੀ ਪੱਕੀ ਕਰਨ ਵਾਲਾ ਸਾਬ ਬਸ ਬਸ ਪੈਸੇ ਕਮਾਣੇ ਪੈਸੇ ਅੰਦਰ ਆ ਗਏ ਬਈ ਦਰਵਾਜੇ ਤੋਂ ਕੋਈ ਅੰਦਰ ਆ ਗਿਆ ਤੇ ਉਹ ਸਾਡਾ ਹੀ ਆ ਸਾਡਾ ਉਹ ਜਾਣ ਨਹੀਂ ਦੇਣਾ ਉਹਨੂੰ ਆਪਾਂ ਗਾਈਟ ਤਾਂ ਕਰੋ ਕਰਨਾ ਕੀ ਜਨੇ ਡਿਮਾਂਡ ਕੀ ਉਹਦੀ ਕਲਾਇੰਟ ਦੀ ਡਿਮਾਂਡ ਕੀ ਹੈ ਉਹ ਡਿਮਾਂਡ ਹੀ ਨਾ ਮੈਚ ਹੋਈ ਫਿਰ ਬਾਅਦ ਟੈਟੂ ਖਰਾਬ ਫਿਰ ਕਲਾਇੰਟ ਨੂੰ ਬੁਗਤਣਾ ਪੈਂਦਾ ਬਾਅਦ ਚੋ ਟੈਟੂ ਖਰਾਬ ਹੁੰਦੇ ਨੇ ਫਿਰ ਕਵਰ ਅਪ ਵਾਸਤੇ ਆਉਂਦੇ ਨੇ ਫਿਰ ਉਸੇ ਸਾਨੂੰ ਵੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਕੋਈ ਉਸ ਤੋਂ 3 ਗੁਣਾ ਜ਼ਿਆਦਾ ਚਾਰਜ ਕਰਨਾ ਪੈਂਦਾ ਸਾਨੂੰ ਇੱਕ ਪਲੇਨ ਸਕਿਨ ਤੇ ਕੰਮ ਕਰਨਾ ਸਾਨੂੰ ਈਜ਼ੀ ਰਹਿੰਦਾ ਹੈ ਇੱਕ ਖਰਾਬ ਚੀਜ਼ ਨੂੰ ਸਹੀ ਕਰਨਾ ਉਹ ਸਭ ਤੋਂ ਡਿਫਿਕਲਟ ਆ ਸਟਰਨਦਾ ਹੈ ਫਿਰ ਲੋਕਲ ਪੇ ਕਰਨਾ ਪੈਂਦਾ ਅੱਛਾ ਕੋਈ ਐਸੀ ਚੀਜ਼ ਹੋਈ ਆ ਤੁਹਾਡੇ ਨਾਲ ਕਦੇ ਤੁਸੀਂ ਟੈਟੂ ਬਣਾਉਣ ਲੱਗੇ ਹੋ ਤੇ ਕੋਈ ਕਲਾਇੰਟ ਆ ਕੇ ਸਾਨੂੰ ਕਹਿੰਦਾ ਸੀ ਆਹ ਟੈਟੂ ਬਣਾਉਣਾ ਵਾ ਉਹਦੇ ਚ ਥੋੜੀ ਨਹੀਂ ਪੂਰੀ ਤਸੱਲੀ ਹੋਈ ਹੁੰਦੀ ਨਹੀਂ ਯਾਰ ਏਦਾਂ ਦੇ ਏਦਾਂ ਕਲਾਇੰਟ ਕਹਿੰਦਾ ਨਹੀਂ ਮੈਂ ਹੀ ਬਣਾਣਾ ਕਲਾਇੰਟ ਦਾ ਕੀ ਕਰ ਦੇਣਾ ਐਕਚੁਅਲੀ ਕੀ ਹੁੰਦਾ ਉਹਨਾਂ ਦਾ ਟੈਟੂ ਦੀ ਫੋਟੋ ਲੈ ਕੇ ਆ ਜਾਂਦੇ ਨੇ ਸਾਨੂੰ ਹੂ ਬਹੁ ਹੂ ਆ ਚਿਹਦਾ ਹਾਂ ਬਟ ਉਹਨੂੰ ਅਸੀਂ ਉਹੀ ਗੱਲ ਕਰ ਰਹੇ ਹਾਂ ਅਸੀਂ ਗਾਈਡ ਕਰਦੇ ਹਾਂ ਕਿ ਐਦਾਂ ਨਹੀਂ ਵਰਕ ਹੋਣਾ ਤੁਹਾਡਾ ਇਸ ਤਰੀਕੇ ਨਾਲ ਵਰਕ ਹੋਏਗਾ ਤੁਹਾਨੂੰ ਜੋ ਕਨਸੈਪਟ ਪਸੰਦ ਹੈ ਹਨਾ ਅਸੀਂ ਤੁਹਾਨੂੰ ਕਨਸੈਪਟ ਦਵਾਂਗੇ ਬਟ ਉਹਨੂੰ ਥੋੜਾ ਕਸਟਮਾਈਜ਼ ਕਰਕੇ ਆਪਾਂ ਕਾਪੀ ਬੇਸ ਨਹੀਂ ਕਰਦੇ ਕਿਸੇ ਆਰਟਿਸਟ ਦਾ ਕੰਮ ਅਸੀਂ ਚੱਕ ਕੇ ਕਰ ਦਈਏ ਜੇ ਇਹਨ ਕਿਸ ਬਹੁਤ ਹੀ ਜ਼ਿਆਦਾ ਕਲਾਇੰਟ ਕਰਾਣਾ ਨਹੀਂ ਕਰਾਣਾ ਹੀ ਆਹੀ ਹੈ ਫਿਰ ਅਸੀਂ ਉਸ ਆਰਟਿਸਟ ਨੂੰ ਪਰਮਿਸ਼ਨ ਵੀ ਕਰਦੇ ਹਾਂ ਇਸ ਆਰਟਿਸਟ ਦਾ ਵਰਕ ਹੈ ਤੇ ਇਹਦਾ ਵਰਕ ਅਸੀਂ ਕਰ ਰਹੇ ਹਾਂ ਹਾਂ ਅੱਛਾ ਜਿੱਥੇ ਤੱਕ ਮੈਨੂੰ ਯਾਦ ਆ ਜਿੱਥੇ ਤੱਕ ਮੇਰਾ ਖਿਆਲ ਆ ਇਹ ਹੱਥ ਨਾਲ ਬਣਾਉਣ ਨਾਲ ਆ ਜਿਹੜਾ ਅੱਜ ਕੱਲ ਦਾ ਟੈਟੂ ਆ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਚੱਲਦੇ ਸੀ ਉਹ ਮੈਨੂੰ ਲੱਗਦਾ ਲੁਧਿਆਣਾ ਸ਼ਹਿਰ ਦੇ ਵਿੱਚ ਹਾਲੇ ਤੱਕ ਕੋਈ ਨਹੀਂ ਹੈਗਾ ਲੁਧਿਆਣਾ ਛੋਟ ਪੰਜਾਬ 'ਚ ਨਹੀਂ ਹੈ ਪੰਜਾਬ 'ਚ ਨਹੀਂ ਹਾਂ ਆਊਟੋ ਪੰਜਾਬ 'ਚ ਹੈਗੇ ਨੇ ਆਰਟਿਸਟ ਉਹ ਵੀ ਬਹੁਤ ਰੇਅਰ ਨੇ ਰੇਅਰ ਨਹੀਂ ਹਾਂ ਕਿਉਂਕਿ ਇਹਨੂੰ ਉਹ ਹੀ ਕਹਿੰਦਾ ਟਾਈਮ ਕੰਜ਼ਿਊਮਿੰਗ ਆ ਲੱਗਦਾ ਧਿਆਨ ਸਭ ਤੋਂ ਵੱਡੀ ਗੱਲ ਆ ਧਿਆਨ ਧਿਆਨ ਬਹੁਤ ਜ਼ਿਆਦਾ ਟਾਈਮ ਦਾ ਲੱਗਦਾ ਹੈ ਜਿਹੜੇ ਦੋ ਕੈਂਡੀਡੇਟ ਅਡ ਕੰਪਲੀਟ ਕਰਨਾ ਹੈ ਉਹਦੇ 'ਚ ਆਰਟਿਸਟ ਏ ਉਹ ਕਰਦਾ ਤਾਂ ਬਹੁਤ ਜ਼ਿਆਦਾ ਪੈਸ਼ਨੇਟ ਹੈ ਇਸ ਕੰਮ ਲੈ ਕੇ ਨਹੀਂ ਠੀਕ ਹੈ ਮੈਨੂੰ ਆਹੀ ਕੰਟੀਨਿਊ ਕਰਨਾ ਹੈ ਆਹੀ ਟ੍ਰੈਂਡ ਕੰਟੀਨਿਊ ਕਰਨਾ ਹੈ ਅੱਛਾ ਮੇਰੇ ਨਾਲ ਵੀਰ ਦਾ ਇੱਕ ਸਟੂਡੈਂਟ ਬੈਠਾ ਪਹਿਲਾਂ ਮੈਂ ਸਟੂਡੈਂਟ ਦੇ ਬਾਰੇ ਦੱਸ ਦਿੰਨਾ ਮੈਂ ਆਫ ਟੂ ਕੈਮਰਾ ਗੱਲਬਾਤ ਕਰੀ ਜਾਂਦਾ ਸੀ ਇਹ ਪਹਿਲਾਂ ਤਾਂ ਕਿਊਟ ਜਿਹਾ ਬੱਚਾ ਹੈ ਤੇ ਦੂਜੀ ਇਹਦੀ ਉਮਰ ਆ ਸਿਰਫ 12 ਸਾਲਾਂ ਦੀ 12 ਸਾਲਾਂ ਦੀ ਉਮਰ ਹੈ ਤੇ 8ਵੀਂ ਜਮਾਤ ਦੇ ਵਿੱਚ ਇਹ ਪੜਦਾ ਹੈ ਅੱਛਾ ਪਹਿਲਾਂ ਤਾਂ ਨਾਮ ਦੱਸੋ ਤੁਹਾਡਾ ਕੀ ਆ ਚਿੰਨਮ मेरा यही सवाल आ दो सवाल आ थानू ज्यादा नहीं करते कि इस लाइन के शौक किमें पाया था मतलब ऐसे टीवी वगैरह पर देख फोन वगैरह पर देखते मतलब टैटूज बड़े अच्छे लगते हैं स्किन वगैरह पर कलरफुल वगैरह सब अच्छा मम्मी पापा ने नहीं रोका फिर आपको नहीं उन्होंने आगे सपोर्ट कर कब से आ रहे हो इस भैया के पास कब से आ रहे हो वन मंथ हो गया क्या क्या सीख लिया फिर आपने मतलब जैसे शेडिंग सीख ली थोड़ी लाइनिंग सीख ली और इंक्स सीख ली कि कितना शेड करना है पर सेवेंटी फाइव परसेंट फिफ्टी परसेंट वगैरह वगैरह अगर मैं पूछूं ये तस्वीर आपने किसकी बनाई है दीदी ਸੋ ਦੋਸਤੋ ਚਲਰੀ ਸੀ ਹਲੇ ਇਸ ਮੁੰਡੇ ਦੀ ਕਲਾਕਾਰੀ ਅਸੀਂ ਵਿੱਚੇ ਨਾਲ ਹੀ ਬਿਠਾ ਲਿਆ ਮੈਂ ਕਿਹਾ ਗੱਲਬਾਤ ਕਰਨੀ ਜ਼ਰੂਰੀ ਆ ਅੱਛਾ ਵੀਰੇ ਇਹਦਾ ਫਿਊਚਰ ਕੀ ਦੇਖਦੇ ਹੋ ਫਿਰ 12 ਸਾਲਾਂ ਦਾ ਮੁੰਡਾ ਵਾ 8ਵੀਂ ਜਮਾਤ ਚ ਪੜਦਾ ਤੁਹਾਡੇ ਕੋਲੇ ਵਧੀਆ ਕਹਿੰਦਾ ਮੈਂ ਇੱਕ ਮਹੀਨੇ ਚ ਬਹੁਤ ਕੁਝ ਸਿੱਖ ਲਿਆ ਵੀਰੇ ਤੋਂ ਫਿਰ ਕੀ ਫਿਊਚਰ ਦੇਖਦੇ ਆਂ ਦਾ ਇਹ ਸਾਡੀ ਕਲਾਸ ਦਾ ਸਭ ਤੋਂ ਬ੍ਰਾਈਟ ਸਟੂਡੈਂਟ ਹੈ ਸਭ ਤੋਂ ਛੋਟਾ ਯੰਗ ਹਾਂ ਯੰਗ ਪਰਸਨ ਤੇ ਬਹੁਤ ਸਭ ਉਹ ਕਰਦਾ ਹੈ ਤੇ ਇਹਦਾ ਅਨਵਲ ਟਾਈਮ ਬਹੁਤ ਜ਼ਿਆਦਾ ਬ੍ਰਾਈਟ ਹੈ ਲਾਈਕ ਦਿਨਿੰਨ ਨੋਲੇਜ ਹੁਣ ਹੈਗੇ ਨਾ ਉਸ ਤੋਂ 6 7 ਗੁਣਾ ਹੋ ਕੇ ਨਿਕਲੇਗੀ ਹੁਣ ਅਨਵਲ ਟਾਈਮ ਚ ਤੇ ਬਹੁਤ ਜ਼ਿਆਦਾ ਬ੍ਰਾਈਟ ਜਾਏਗਾ ਨਾ ਫਿਊਚਰ ਬਹੁਤ ਜ਼ਿਆਦਾ ਨੋਲੇਜ ਆਏ ਬੱਚੇ ਕੋਲ ਅੱਛਾ ਬੱਚੇ ਦੇ ਪੇਰੈਂਟਸ ਨੇ ਫਿਰ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਆ ਜਰੂਰ ਕਿ ਭਈ ਇਸ ਲਾਈਨ ਦੇ ਵਿੱਚ ਕੀ ਸੀਗਾ ਉਹਨਾਂ ਦੇ ਚਿਹਰੇ ਦਾ ਨੂਰ ਕੀ ਸੀ ਪਹਿਲਾਂ ਤਾਂ ਇਹ ਦੱਸੋ ਉਹ ਤਾਂ ਬੜੇ ਐਕਸਾਈਟਿਡ ਸੀਗੇ ਕਿ ਅਸੀਂ ਬੱਚੇ ਨੂੰ ਟੈਟੂ ਲਾਈਨਸ ਪਾਣਾ ਹੈ ਜਿਉਂ ਉਹਨਾਂ ਨੇ ਸੋਚ ਸਮਝਿਆ ਇਸੀ ਨੂੰ ਟੈਟੂ ਹੈ ਕੀ ਚੀਜ਼ ਤੇ ਉਹ ਬੜੇ ਮੇਕੋ ਆਏ ਹਨਾ ਉਹਨੇ ਬੜਾ ਰਿਸਰਚ ਕੀਤਾ ਕਿ ਸਭ ਜਗ੍ਹਾ ਘੁੰਮੇ ਫਿਰੇ ਅਗਲੇ ਮੇਕੋ ਆਏ ਮੈਨਾਂ ਗਲਤ ਕੀਤੀ ਉਹਨਾਂ ਨੇ ਗਾਈਡੈਂਸ ਲਈ ਮੈਤੋ ਉਹਨਾਂ ਨੂੰ ਅੱਛਾ ਲੱਗਾ ਉਹਨਾਂ ਨੇ ਮੈਨੂੰ ਜੋਇਨ ਕਰਾਇਆ ਤੇ ਉਹਨਾਂ ਨੂੰ ਸਮਝਾਇਆ ਕਿ ਫਿਊਚਰ ਕੀ ਇਸ ਚੀਜ਼ ਆ ਆਲ ਟਾਈਮ ਚ ਦੀ ਨੈਟਵਰਥ ਕੀ ਹੋਏਗੀ ਕਿੰਨੀ ਗ੍ਰੋਥ ਹੈ ਇਸ ਲਾਈਨ ਦੇ ਵਿੱਚ ਸੋ ਉਹਨਾਂ ਨੇ ਬੱਚੇ ਨੂੰ ਆਪਣੇ ਕੋਲ ਭੇਜਿਆ ਹੁਣ ਕਰ ਰਿਹਾ ਬੱਚਾ ਤੇ ਉਹਨਾਂ ਨੂੰ ਪ੍ਰੋਗਰੈਸ ਪਤਾ ਹੁਣ ਕੀ ਚੀਜ਼ ਹੈ ਇਸ ਚੀਜ਼ ਅੱਛਾ ਜੇ ਮੈਂ ਕਲਾਸਿਸ ਦੀ ਤੁਹਾਡੀ ਕੋਸਟ ਪੁੱਛਾਂ ਕੀ ਕੋਸਟ ਰੱਖਦੇ ਹੋ ਜਾਂ ਕਿਦਾਂ ਸੋ ਕੋਸਟ ਐਕਚੁਅਲੀ ਕੀ ਹੈ ਬਹੁਤ ਜੈਨੂਇਨ ਕੋਸਟ ਰੱਖੀ ਹੋਈ ਹੈ ਤੇ ਅਸੀਂ ਜ਼ਿਆਦਾ ਮਤਲਬ ਨਾ ਇਦਾਂ ਨਿਕਰੀ ਦਾ ਗਰੀਬ ਬੱਚਾ ਆ ਗਿਆ ਤੇ ਉਹੀ ਪੇਮੈਂਟ ਲੈਣੀ ਨਹੀਂ ਅਸੀਂ ਵੈਸੇ ਨੋਰਮਲ ਫੀਸ ਰੱਖੀ ਹੋਈ ਹੈ ਠੀਕ ਹੈ ਕਈ ਵੇ ਸਾਡੇ ਕੋਲ ਲੋੜਮੰਦ ਵੀ ਸਟੂਡੈਂਟ ਸਾਡੇ ਬੜੇ ਪੈਸ਼ਨੇਟ ਹੁੰਦੇ ਨੇ ਕੰਮ ਨੂੰ ਲੈ ਕੇ ਪੈਸੇ ਨਹੀਂ ਹੁੰਦੇ ਉਹਨਾਂ ਕੋਲ ਦੇਣ ਵਾਸਤੇ ਅਸੀਂ ਬਹੁਤ ਘੱਟ ਪੈਸੇ ਚ ਵੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਹਾਂ ਅਸੀਂ ਦਿੰਨੇ ਆਂ ਅੱਛਾ ਇੱਥੇ ਇੱਕ ਗੱਲ ਮੈਂ ਇਹ ਕਹਿਣਾ ਕਿ ਇਹ ਚੀਜ਼ ਵੀ ਉਹੀ ਬੰਦਾ ਸਮਝਦਾ ਜਿੰਨੇ ਆਪਣੇ ਤਨ ਤੇ ਹੰਡਾਈ ਹੋਵੇ ਹੈਨਾ ਬਿਲਕੁਲ ਸਰ ਦੇਖੀ ਆ ਉਹ ਚੀਜ਼ ਤਾਂ ਤੁਹਾਨੂੰ ਇਹ ਮਹਿਸੂਸ ਹੁੰਦੀ ਹੈ ਐਕਚੁਅਲੀ ਸਰ ਹੰਡਾਈ ਹੋਈ ਹੈ ਪ੍ਰੋਪਰ ਬੀਤੀ ਹੋਈ ਆ ਬੀਤੀ ਜਦੋਂ ਬੰਦੇ ਤੇ ਹੋਵੇ ਨਾ ਉਹਨੂੰ ਪਤਾ ਹੈ ਵੈਲਿਊ ਕੀ ਹੁੰਦੀ ਹੈ ਇੱਕ ਇੱਕ ਰੁਪਏ ਦੀ ਵੈਲਿਊ ਪਤਾ ਹੈ ਉਹਨੂੰ ਆਰਟ ਦੀ ਵੈਲਿਊ ਪਤਾ ਹੈ ਕਿ ਚਾਹੇ ਕਿਹੜਾ ਵੀ ਆਰਟ ਕੋਈ ਫੀਲਡ ਹੈ ਉਹਨੂੰ ਪਤਾ ਹੈ ਉਹਨੇ ਉਸ ਚੀਜ਼ ਨੂੰ ਕੋਈ ਸੇਮ ਮੇਰੇ ਵਰਗਾ ਕੋਈ ਆ ਗਿਆ ਤੇ ਉਹਨੂੰ ਕਿਦਾਂ ਡੀਲ ਕਰਨਾ ਹੈ ਠੀਕ ਹੈ ਤੇ ਮੈਂ ਟ੍ਰੇਨ ਕਿਤੇ ਵੀ ਨਹੀਂ ਕਈ ਸਟੂਡੈਂਟਸ ਬਹੁਤ अच्छे निकले ਨੇ স্টুডিয়ਸ ਕਰਕੇ ਬੈਠੇ ਹੋਏ ਨੇ ਜਮਿਦਾਨੀ ਦੇਸ਼ਾਂ ਦੇਸ਼ਾਂ ਚ ਪਹ ਹੈ ਬਿਲਕੁਲ ਸਰ ਕਰ ਰਹੇ ਨੇ ਆਪਣੇ ਲੁਧਿਆਣੇ ਚਕੇ ਸਟੂਡੈਂਟਸ ਕਰ ਰਹੇ ਨੇ ਵਰਕ ਗਾਈਡ ਕਰ ਦਿੱਤਾ ਠੀਕ ਹੈ ਕਰੋ ਕੰਮ ਆ ਕੇ ਕੋਈ ਇਸ਼ੂ ਨਹੀਂ ਹੈ ਕੀਰ ਮੈਸੇਜ ਕੀ ਦੋਗੇ ਖਾਸ ਕਰਕੇ ਯੂਥ ਨੂੰ ਯੂਥ ਨੂੰ ਇਸ ਲਾਈਨ ਦੇ ਬਾਰੇ ਮੈਂ ਤਾਂ ਰੱਖਣਾ ਹੋਵੇ ਜਿਹੜਾ ਸੋਚ ਰਿਹਾ ਹੋਵੇ ਬਿਲਕੁਲ ਮੈਂ ਸਿਰਫ ਇੱਕੋ ਹੀ ਮੈਸੇਜ ਦਊਂਗਾ ਕਿ ਆਪਣੀ ਪ੍ਰੋਪਰ ਪਹਿਲਾਂ ਤਾਂ ਮੈਸੇਜ ਉਹਨਾਂ ਨੂੰ ਦਊਂਗਾ ਜਿਹੜੇ ਕਲਾਇੰਟਸ ਨੇ ਸ਼੍ਰੀ ਕੇ ਕਸਟਮਰਸ ਨੇ ਕਿ ਤੁਸੀਂ ਆਪਣੇ ਸਰਚ ਕਰਕੇ ਆਓ ਠੀਕ ਹੈ ਵਿਦਾਊਟ ਐਨੀ ਸਰਚ ਤੁਸੀਂ ਟੈਟੂ ਨਾ ਕਰਾਓ ਤੁਸੀਂ ਆਪਣੇ ਬੋਡੀ ਨਾਲ ਤੁਸੀਂ ਕੁਝ ਵੀ ਪ੍ਰੋਬਲਮਸ ਨਾ ਕ੍ਰੀਏਟ ਕਰੋ ਕਿਉਂਕਿ ਟਾਈਮ ਕੁਝ ਨਹੀਂ ਪਤਾ ਹੁੰਦਾ ਕਿ ਕੋਈ ਕੀ ਆਰਟਿਸਟ ਕੀ ਮਟੀਰੀਅਲ ਯੂਜ਼ ਕਰ ਰਿਹਾ ਸੋ ਪ੍ਰੋਪਰਲੀ ਰਿਸਰਚ ਕਰੋ ਅੱਜ ਕੱਲ ਨੈਟ ਤੇ ਸਭ ਕੁਝ ਅਵੇਲੇਬਲ ਹੈ ਤਾਂ ਉਹਨਾਂ ਸਭ ਕੁਝ ਗਾਈਡ ਮੈਂ ਗਾਈਡੈਂਸ ਮਿਲੇਗੀ ਸਾਡਾ ਇੰਸਟਾ ਪੇਜ ਹੈ ਤੁਸੀਂ ਦੇਖੋ ਜਾ ਕੇ ਸਰਚ ਕਰੋ ਅਸੀਂ ਲਾਈਕ ਪੀਅਰਸਿੰਗ ਆਰਟ ਪੀਅਰਸਿੰਗ ਹੀ ਕਰਦੇ ਆਂ ਠੀਕ ਹੈ ਟੈਟੂਜ਼ ਨੇ ਟੈਟੂਜ਼ ਸਾਡੇ ਅਸੀਂ ਮੈਂਸ਼ਨ ਕੀਤੇ ਹੋਏ ਨੇ ਤੇ ਅਨਲ ਟੈਨ ਅਸੀਂ ਵੀਡੀਓਜ਼ ਵੀ ਬਣਾਣੀਆਂ ਨੇ ਨਾ ਪ੍ਰੋਪਰ ਗਾਈਡੈਂਸ ਦਵਾਂਗੇ YouTube ਦੇ ਉੱਤੇ ਤੇ ਕਿੱਦਾਂ ਕਿੱਦਾਂ ਟੈਟੂਜ਼ ਬਣਾਏ ਜਾਂਦੇ ਨੇ ਠੀਕ ਹੈ ਤੇ ਸੈਕੰਡ ਮੈਂ ਕਹੂੰਗਾ ਸਟੂਡੈਂਟਸ ਨੂੰ ਕਿ ਤੁਸੀਂ ਆਪਣਾ ਜਿਹੜਾ ਗੁਰੂ ਚੁੰਦੇ ਹੋ ਉਹ ਸੋਚ ਸਮੇ ਕੇ ਚੁਣੋ ਇੱਥੇ ਬੜੇ ਫੇਕ ਬੈਠੇ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਅੱਛਾ ਆਰਟਿਸਟ ਉਹ ਅੱਛਾ ਟੀਚਰ ਵੀ ਹੈ ਠੀਕ ਹੈ ਲੋਕਾਂ ਨੇ ਇੰਸਟੀਚੂਟ ਖੋਲਤੇ ਨੇ ਕੰਮ ਸਿਖਾਣਾ ਆਂਦਾ ਨਹੀਂ ਬੱਚਿਆਂ ਦਾ ਫਿਊਚਰ ਖਰਾਬ ਮੇਰੇ ਕੋ ਕਿੰਨੇ ਬੱਚੇ ਆਏ ਨੇ ਫੀਸਰ ਦਾਦਾ ਕਰਕੇ ਸਿੱਥੋਂ ਸਿੱਖੇ ਚੰਡੀਗੜ੍ਹ ਤੋਂ ਸਿੱਖੇ ਆ ਇੱਥੋਂ ਸਿੱਖੇ ਆ ਠੀਕ ਹੈ ਤੇ ਐਂਡਰੋਇਡ ਦੇ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਐਕਚੁਅਲ ਟੈਟੂਜ਼ ਦੇ ਵਿੱਚ ਹੈ ਕਿ ਡੈਪਥ ਨਹੀਂ ਪਤਾ ਕੀ ਚੀਜ਼ ਹੁੰਦੀ ਹੈ ਡਿਟੇਲਸ ਨਹੀਂ ਪਤਾ ਟੈਟੂਇੰਗ ਦੇ ਬਾਰੇ ਐਕਸ ਹੁੰਦਾ ਕਿ ਟੈਟੂਇੰਗ ਦੇ ਵਿੱਚ ਬਸ ਕੀ ਇਹ ਮਸ਼ੀਨ ਪਤਾ ਹੈ ਮਸ਼ੀਨ ਫੜ ਕੇ ਟੈਟੂ ਬਣਾਣਾ ਹੈ ਦੈਟਸ ਇਟ ਉਹਨਾਂ ਨੂੰ ਇਹ ਨਹੀਂ ਪਤਾ ਕਿਦਾਂ ਡਿਜ਼ਾਈਨ ਕ੍ਰੀਏਟ ਕਰੇ ਜਾਂਦੇ ਨੇ ਜੇ ABC ਨਹੀਂ ਆਦੇਸਦਾ ਤੁਸੀਂ Z ਤੇ ਪਹੁੰਚੋਗੇ ਕਿਦਾਂ ਟੈਡੂ ਕਰ ਲਓਗੇ ਵਿਚਕਾਰਲਾ ਕੰਟੈਂਟ ਖਤਮ ਕਿਦਾਂ ਲਾਈਨ ਬਣਾਉਗੇ ਇਹ ਚੀਜ਼ਾਂ ਨੇ ਸੋ ਬਹੁਤ ਬਹੁਤ ਥੈਂਕ ਯੂ ਤੁਸੀਂ ਟਾਈਮ ਦਿੱਤਾ ਆਪਣਾ ਮੈਂ ਦੇਖਿਆ ਕਿ ਆਈ ਚਲਾਈ ਲੱਗੀ ਹੋਈ ਸੀ ਆਪਣੇ ਇੱਥੇ ਸਟੂਡੀਓ ਦੇ ਵਿੱਚ ਵੀ ਅੱਛਾ ਜਾਂਦੇ ਜਾਂਦੇ ਇੱਕ ਦੋ ਗੱਲਾਂ ਹੋਰ ਮੇਰੇ ਮਨ 'ਚ ਨੇ ਉਹ ਵੀ ਮੈਂ ਕਰ ਲੈਣਾ ਵਾ ਅੱਛਾ ਮੈਨੂੰ ਇਹ ਦੱਸੋ ਫਰੈਂਡਸ ਨੂੰ ਪਤਾ ਤੁਹਾਡੇ ਤੁਸੀਂ ਇੱਥੇ ਆ ਰਹੇ ਹੋ ਸਰ ਕੋ ਸਿੱਖ ਰਹੇ ਹੋ ਆ ਕੇ ਮਤਲਬ ਥੋੜੇ ਫਰੈਂਡਸ ਕੋ ਪਤਾ ਹੈ ਪਤਾ ਹੈ ਮਰ ਕੇ ਕਹਿੰਦੇ ਹੁੰਦੇ ਆ ਬਈ ਸਾਡਾ ਵੀ ਸਕੈਚ ਬਣਾ ਹਾਂ ਕਰਦੇ ਬਣਾਨੇ ਤਸਵੀਰਾਂ ਤਾਰਦੇ ਆ ਅੱਛਾ ਅੱਗੇ ਜਾ ਕੇ ਇਹੀ ਕਰਨਾ ਚਾਹੁੰਦੇ ਆ ਮਨ ਬਦਲੂਗਾ ਨਹੀਂ ਇਹੀ ਕਰਨਾ ਹੈ ਇਹੀ ਕਰਨਾ ਹੈ ਮੰਮੀ ਪਾਪਾ ਸਪੋਰਟ ਕਰਦੇ ਨੇ ਬਿਲਕੁਲ ਪੂਰੀ ਫਿਰ ਮੰਮੀ ਪਾਪਾ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਨੂੰ ਦੇਖੋ ਤੁਹਾਨੂੰ ਸਮਝਿਆ ਹੈ ਨਾ ਉਹਨਾਂ ਨੂੰ ਪਤਾ ਸਾਡਾ ਬੱਚਾ ਕਿਹੜੀ ਲਾਈਨ 'ਚ ਜਾਣਾ ਚਾਹੁੰਦਾ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਥੈਂਕ ਯੂ ਕਿ ਮੂਰੇ ਇਸ ਲਾਈਨ 'ਵਾਂ ਡਾਲ ਰਹਾ ਸੋ ਬਿਲਕੁਲ ਬੜਾ ਕਿਊਟ ਜਿਹਾ ਬੱਚਾ ਵਾ ਸੋ ਹੁਣ ਗੱਲ ਟੈਟੂ ਦੀ ਜਿਹੜੀ ਕਿ ਆਪਾਂ ਸ਼ੁਰੂ ਤੋਂ ਕੀਤੀ ਸੀਗੀ ਉਹੀ ਗੱਲ ਇੱਕ ਵਾਰ ਫੇਰ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਟੈਟੂ ਹੱਥਾਂ ਦੇ ਨਾਲ ਬਣਦੇ ਸੀਗੇ ਇਹ ਵੀਰ ਜਿਹੜੇ ਨੇ ਉਹ ਟੈਟੂ ਆਪਣੀ ਨਵੀਂ ਜਿਹੜੀ ਚੀਜ਼ ਨਾਲ ਬਣਾਨੇ ਕਹਿੰਦੇ ਜਨਰੇਸ਼ਨ ਬਦਲਦੀ ਰਹਿੰਦੀ ਉਹ ਚੀਜ਼ ਹੋਈ ਆ ਸੋ ਜਿਵੇਂ ਨਾਲ ਦੇ ਨਾਲ ਇਹਨਾਂ ਨੇ ਬੜੀ ਜ਼ਰੂਰੀਆਂ ਗੱਲਾਂ ਦੱਸੀਆਂ ਨੇ ਟੈਟੂ ਦੇ ਵਾਸਤੇ ਅੱਜ ਕੱਲ ਅਸੀਂ ਟੈਟੂ ਉਹਦਾ ਜ਼ੋਰ ਬਣਿਆ ਹੋਇਆ ਵਾ ਵੀ ਅਸੀਂ ਕਿਤੇ ਨਾ ਕਿਤੇ ਬਸ ਟੈਟੂ ਬਣਵਾ ਲਈਏ ਚਾਹੇ ਜੋ ਵੀ ਆ ਜਿੱਥੇ ਵੀ ਆ ਅੱਜ ਕੱਲ ਅਸੀਂ ਇੱਕ ਚੀਜ਼ ਹੋਰ ਦੇਖੀਏ ਕਿ ਲੋਕਲ ਜਦੋਂ ਅਸੀਂ ਮੇਲੇ ਮੂਲਿਆਂ 'ਚ ਜਾਂਦੇ ਹੁੰਨੇ ਆ ਤੇ ਉਹਦੇ 'ਚ ਮਸ਼ੀਨਾਂ ਲੈ ਕੇ ਖੜੇ ਹੁੰਦੇ ਨੇ ਉਹਨਾਂ ਤੋਂ ਅਸੀਂ ਟੈਟੂ ਬਣਵਾ ਲੈਂਦੇ ਆ ਸਸਤੇ ਦੇ ਚੱਕਰਾਂ ਦੇ ਵਿੱਚ ਪਰ ਨਹੀਂ ਇਹ ਚੀਜ਼ਾਂ ਖਤਰਨਾਕ ਹੋ ਸਕਦੀਆਂ ਨੇ ਖਾਸ ਕਰਕੇ ਬੋਡੀ ਨੂੰ ਇਫੈਕਟ ਕਰ ਸਕਦੀਆਂ ਨੇ ਜਿਹੜੀ ਜਿਵੇਂ ਕਿ ਵੀਰ ਨੇ ਦੱਸਿਆ ਵਾ ਸੋ ਅੱਜ ਦੀ ਵੀਡੀਓ ਬਣਾਉਣ ਦਾ ਮੇਨ ਮਤਲਬ ਇਹੀ ਸੀ ਇੱਕ ਚੀਜ਼ ਤਾਂ ਤੁਹਾਨੂੰ ਵੱਖਰੀ ਜੀ ਮੈਂ ਦਿਖਾਣੀ ਸੀ ਹਾਲਾਂਕਿ ਲੁਧਿਆਣਾ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਪੰਜਾਬ ਦੀ ਗੱਲ ਕਰਾਂ ਤੇ ਬਥੇਰੇ ਟੈਟੂ ਆਰਟਿਸਟ ਨੇ ਜਿਵੇਂ ਕਿ ਵੀਰ ਨੇ ਵੀ ਦੱਸਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਆ ਪੰਜਾਬ ਦੇ ਵਿੱਚ ਵੀ ਇਵਨ ਇਹੋ ਜਿਹਾ ਕੋਈ ਨਹੀਂ ਕੰਮ ਕਰਦਾ ਹੋਊਗਾ ਕਿ ਹੱਥ ਦੇ ਨਾਲ ਟੈਟੂ ਜਿਹੜਾ ਬਣਾਇਆ ਜਾ ਸਕੇ ਅਸੀਂ ਵੀ ਮਸ਼ੀਨਾਂ ਨਾਲ ਬਣਾਉਂਦੇ ਆ ਪਰ ਨਾਲ ਦੇ ਨਾਲ ਅਸੀਂ ਹੱਤ ਵਾਲਾ ਵੀ ਜਿਹੜਾ ਵਾ ਉਹ ਵੀ ਕੰਮ ਕਰਦੇ ਆ ਸੋ ਤਾਂ ਹੀ ਇਹ ਵੀਡੀਓ ਬਣਾਈ ਗਈ ਸੀ ਇੱਕ ਅਲੱਗ ਚੀਜ਼ ਸਾਨੂੰ ਦਿਸੀ ਸੀ ਤੇ ਸੋਚਿਆ ਕਿ ਸਰੋਤਿਆਂ ਦੇ ਸਾਹਮਣੇ ਸ਼ੇਅਰ ਕੀਤੀ ਜਾਵੇ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਂ-ਨਵੀਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਦੇ ਰਹਾਂਗੇ ਉਦੋਂ ਤੱਕ ਹਾਜ਼ਰ ਰਹੋ ਵਾਜ਼ਦੇ ਰਹੋ ਦੇਖਦੇ ਰਹੋ ਰਹਿਮਤ ਟੀਵੀ ਧੰਨਵਾਦ